شرور أنفسنا ومن سيئات أعمالنا من يهده الله فلا مضل له ومن يضلله فلا هادي له ونشهد أن لا إله إلا الله وحده لا شريك له ونشهد أن سيدنا ومولانا محمدا عبده ورسوله أما بعد فأعوذ بالله من الشيطان الرجيم سبحان الله بسم الله سيجعل لهم الرحمن مدا سبحان الله قال الله تبارك وتعالى في شأن حبيبه إن الله وملائكته يصلون على النبي يا صلوا عليه وسلموا تسليما دین محمد دے نام تو جند جان جوانی نو وا آفرین غازی تیرے حوصلے تو راجپال کم بخت نو مار علم دین محمد دے نام تو علم دین محمد دے نام تو
ਜਾਨ ਜਵਾਨੀ ਨੂੰ ਵਾਰਿਆ ਆਫਰੀਨ ਗਾਦੀ ਤੇਰੇ ਹੌਸਲੇ ਤੋਂ ਰਾਜਪਾਲ ਕਮਬਖਤ ਨੂੰ ਮਾਰ ਆਈ ਜੜਾ ਚੁੱਕਿਆ ਸੀ ਫਾਰ ਮੂਹ ਪੁੱਤਾਂ ਚੁੱਕਿਆ ਸੀ ਪਾਰ ਮੁਹੱਬਤਾਂ ਦਾ ਜੜਾ ਚੁੱਕਿਆ ਸੀ ਪਾਰ ਮੁਹੱਬਤਾਂ ਦਾ ਚੜ ਕੇ ਦਾਰ ਤੇ ਤੂੰ ਕੁੱਲ ਦਾ ਤੂੰ ਤੇ ਉਤਾਰਿਆ। ਅੱਲਾਹ ਤਾਲਾ ਦੀ ਹਮਦੋ ਸਨਾ ਤੋਂ ਬਾਅਦ ਲਾ ਮਹਦੂਦ ਦਰੂਦ ਪਾਕ ਸਾਹਿਬੇ ਲੌਲਾਕ ਜਨਾਬੇ ਅਹਿਮਦ ਮੁਸ਼ਤਬਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੀ ਬਾਰਗਹਿ ਆਲੀਆ ਚ ਦਰੂਦੋ ਸਲਾਮ ਦਾ ਨਜ਼ਰਾਨਾ ਪੇਸ਼ ਕਰਨੇ ਤੋਂ ਬਾਅਦ ਅੱਲਾ ਦੀ ਲਾ ਰੈਬ ਤੇ ਲਾ ਐਬ ਕਿਤਾਬ ਦੇ ਵਿੱਚੋਂ ਆਇਆ ਕਰੀਮਾ ਤਿਲਾਵਤ ਕਰਨ ਦਾ ਸ਼ਰਫ ਹਾਸਲ ਕੀਤਾ, ਜਿਸ ਵਿੱਚ ਰੱਬ ਨੇ ਫਰਮਾਇਆ ਇਨਨ ਲਜ਼ੀਨਾ ਆਮਨੋ, ਬੇਸ਼ੱਕ ਉਹ ਲੋਕ ਜਿਹੜੇ ਈਮਾਨ ਲੈ ਆਏ, ਵਾਮਿਲ ਸਾਲਿਹਾਤ ਤੇ ਫਰਮਾਇਆ ਇਮਾਨ ਲਿਆਉਣ ਦੇ ਬਾਅਦ ਨੇਕ ਅਮਲ ਕੀਤੇ, ਸਯਜਅਲ ਲਹੁਮ ਰਹਿਮਾਨ ਵੁੱਦਾ, ਫਰਮਾਇਆ ਕਰੀਬ ਅਲ ਰਹਿਮਾਨ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦੀ ਮੁਹੱਬਤ ਪੈਦਾ ਫਰਮਾ ਦੇਗਾ। ਹਜ਼ਰਾਤ ਮੋਹਤਰਮ, ਅੱਜ ਨਮੂਸੇ ਰਿਸਾਲਤ ਤੇ ਚੌਦਵੀਂ ਸਦੀ ਦਾ ਆਸ਼ਕ, ਚੌਦਵੀਂ ਸਦੀ ਦਾ ਆਸ਼ਕ, ਨਮੂਸੇ ਰਿਸਾਲਤ ਤੇ ਕੱਟ ਕੇ ਮਰਨ ਵਾਲਾ ਗਾਜ਼ੀ ਮਿਲਤ ਸ਼ਹੀਦ ਮਿਲਤ ਹਜ਼ਰਤ ਗਾਜ਼ੀ ਇਲਮ ਦੀਨ ਸ਼ਹੀਦ ਰਹਿਮਤੁਲਾ ਅਲੈਹ ਦੀ ਬਾਰਗਾਹ ਚ ਨਜ਼ਰਾਨਾ ਉਲਫਤ ਇਰਾਦਤ ਪੇਸ਼ ਕੀਤਾ ਜਾਏਗਾ। ਹਜ਼ਰਾਤ ਮੋਹਤਰਮ, ਖਾਨਦਾਨੀ ਲਿਹਾਜ਼ ਨਾਲ ਆਪ ਦੇ ਖਾਨਦਾਨ ਦੇ ਅੰਦਰ ਬਾਬਾ ਲਹਿਣਾ ਸਿੰਘ ਇਹ ਅਹਿਦੇ ਜਹਾਂਗੀਰੀ ਦੇ ਅੰਦਰ ਮੁਸਲਮਾਨ ਹੋ ਗਿਆ। ਮੁਸਲਮਾਨ ਹੋਇਆ ਤੇ ਘਰੋਂ ਬਾਹਰ ਨਿਕਲ ਦਿੱਤਾ, ਭਰਾਵਾਂ ਕੱਢ ਦਿੱਤਾ, ਇਹ ਗਲੀ ਗਲੀ ਮੁਸਤਫਾ ਦੇ ਇਸ਼ਕ ਦਾ ਹੋਕਾ ਦਿੰਦਾ ਰਿਹਾ। ਇਹ ਬਾਬਾ ਲਹਿਣਾ ਗਲੀ ਗਲੀ ਹਜ਼ੂਰ ਦੇ ਇਸ਼ਕ ਦਾ ਹੋਕਾ ਦਿੰਦਾ ਰਿਹਾ। ਬਾਬੇ ਲਹਿਣਾ ਨੂੰ ਇਹ ਇਸ਼ਕ ਦਾ ਸਮਰ ਇਹ ਮਿਲਿਆ ਕਿ ਇਹਦੀ ਔਲਾਦ ਦੇ ਵਿੱਚੋਂ ਤਾਲਿਆਮੰਦ ਹੋਇਆ। ਤਾਲਿਆਮੰਦ ਦੇ ਘਰ 4 ਦਸੰਬਰ 8 ਜ਼ਕਾਦ ਬਰੋਜ਼ ਜੁਮੇਰਾਤ ਮੱਲਾ ਸਰ ਫਰੋਸ਼ਾਂ
ਚੀਤੇ ਵਾਲਾ ਕਟੜਾ ਲਾਹੌਰ ਦੀ ਸਰ ਜ਼ਮੀਨ ਵਿੱਚ ਨਾ ਚਿਰਾਗ ਬੀਬੀ ਇਲਮ ਦੀਨ ਦੀ ਮਾਂ ਉਹਦੀ ਝੋਲੀ ਵਿੱਚ ਨਾ 4 ਦਸੰਬਰ ਬਰੋਜ਼ ਜੁਮੇ ਰਾਤ ਨੂੰ ਇਲਮ ਦੀਨ ਆਪਣੀ ਅੰਮਾ ਦੀ ਝੋਲੀ ਚ ਆ ਗਿਆ। ਜਾ ਕੇ ਜ਼ਰਾ ਸੁਣਨਾ ਗੱਲ ਨੂੰ, 4 ਦਸੰਬਰ ਨੂੰ ਜਿਹੜੇ ਵੇਲੇ ਮਾਂ ਦੀ ਝੋਲੀ ਵਿੱਚ ਆ ਗਿਆ, ਮਾਂ ਨਾਲੋਂ ਵੱਧ ਕੇ ਸ਼ਹਾਦਤ ਵਾਲਾ ਬੰਦਾ ਕੋਈ ਨਹੀਂ ਹੁੰਦਾ। ਮਾਂ ਨੂੰ ਪਤਾ ਹੁੰਦਾ ਪੁੱਤਰ ਨਖਰੇਲਾ ਹੈ, ਮਾਂ ਨੂੰ ਪਤਾ ਹੁੰਦਾ ਪੁੱਤਰ ਅਕੀਲ ਏ, ਸ਼ਕੀਲ ਏ, ਖੂਬਰੂ ਏ, ਖੂਬਸੂਰਤ ਏ। ਮਾਂ ਚਿਰਾਗ ਬੀਬੀ ਕਹਿੰਦੀ ਹੈ ਜਦੋਂ ਇਲਮ ਦੀਨ ਮੇਰੀ ਝੋਲੀ ਅੰਦਰ ਆਇਆ, ਲੋਕੋ ਇਹਦੂ ਪਹਿਲੇ ਵੀ ਪੁੱਤਰ ਪੈਦਾ ਹੋਏ ਸਨ, ਪਰ ਮੈਂ ਇਸ ਪੁੱਤਰ ਨੂੰ ਜਿਹੜੇ ਵੇਲੇ ਝੋਲੀ ਵਿੱਚ ਜਨਮ ਦਿੱਤਾ, ਪਹਿਲੇ ਦਿਨ ਮੈਂ ਗੌਰ ਕਰਕੇ ਵੇਖਿਆ ਇਸ ਮੱਥੇ ਤੇ ਨੂਰ ਦੀ ਲਾਟ ਪਈ ਨਿਕਲਦੀ ਏ, ਮੱਥੇ ਤੇ ਨੂਰ ਦੀ ਲਾਟ ਪਈ ਨਿਕਲਦੀ ਏ। ਮੈਂ ਹੈਰਾਨ ਹੋ ਗਈ, ਚਾਅ ਕੀਤਾ, ਖੁਸ਼ੀ ਕੀਤੀ, ਹੱਤਾ ਕਿ ਬੱਚਾ ਝੋਲੀ ਵਿੱਚੋਂ ਨਿਕਲਦਾ ਨਿਕਲਦਾ ਜਿਹੜੇ ਵੇਲੇ 6 ਸਾਲ ਦਾ ਹੋਇਆ, ਇਸ ਬੱਚੇ ਵਿੱਚ ਨਾ ਕੋਈ ਆਦਤ ਨੱਸਣ ਵਾਲੀ, ਨਾ ਭੱਜਣ ਵਾਲੀ, ਨਾ ਲੜਨ ਵਾਲੀ, ਕਿਸੇ ਨਾਲ ਨਾ ਲੜਾਈ, ਨਾ ਦੰਗਾ, ਨਾ ਫਸਾਦ। ਪਤਾ ਲੱਗਾ ਜਿਹਨੂੰ ਕਮਲੀ ਵਾਲਾ ਬਚਪਨ ਵਿੱਚ ਕਬੂਲ ਕਰੇ, ਆਦਤਾਂ ਗਲਤ ਹੋਣ ਦਿੰਦੇ ਹੀ ਨਹੀਂ। ਜਿਹਨੂੰ ਮੇਰਾ ਰਸੂਲ ਕਬੂਲ ਕਰੇ, ਉਹਦੀਆਂ ਆਦਤਾਂ ਗਲਤ ਨਹੀਂ ਹੋ ਸਕਦੀਆਂ। ਆਦਤਾਂ ਬੋਲੋ ਬੋਲੋ, ਆਦਤਾਂ ਗਲਤ ਨਹੀਂ ਹੋ ਸਕਦੀਆਂ। ਜਿਹੜੇ ਵੇਲੇ 6 ਸਾਲ ਦੀ ਉਮਰ ਹੋਈ, ਆਪਦੇ ਬਾਪ ਤਾਲਿਆ ਮੰਦ ਨੇ ਸ਼ਹਾਦਤ ਦੀ ਉਂਗਲੀ ਨਾਲ ਲਾਇਆ, ਤਕੀਆ ਸਾਦਾ ਦੀ ਮਸਜਿਦ ਵਿੱਚ ਲੈ ਗਿਆ। ਕਾਰੀ ਸਾਹਿਬ ਨੂੰ ਕਹਿਣ ਲੱਗਾ, ਅੱਜ ਤੇ ਅਸੀਂ ਮਸੀਤੇ ਪੁੱਤਰਾਂ ਨੂੰ ਛੱਡਣਾ, ਪੁੱਤਰਾਂ ਨੂੰ ਛੱਡਣਾ ਬੜਾ ਔਖਾ ਸਮਝਨੇ ਆ, ਲੇਕਿਨ ਇਹ ਪੁਰਾਣੀਆਂ ਆਦਤਾਂ ਜੇ। ਮੇਰੀ ਸਰਕਾਰ ਨੇ ਫਰਮਾਇਆ, ਜੇ ਅੱਬਾ ਨਮਾਜ਼ ਪੜ੍ਹਦਾ ਤੇ ਪੁੱਤਰ ਨੂੰ ਉਂਗਲੀ ਨਾਲ ਲਾ ਕੇ ਮਸੀਤੇ ਲੈ ਜਾਏ, ਤਾਂ ਕਿ ਬੇਟੇ ਨੂੰ ਪਤਾ ਲੱਗੇ ਮੇਰਾ ਅੱਬਾ ਕੀ ਕਰਦਾ ਹੈ। ਤਾਲਿਆ ਮੰਦ ਨੇ 6 ਸਾਲ ਦੀ ਉਮਰ ਦੇ ਅੰਦਰ ਤਕੀਆ ਸਾਦਾ ਦੇ ਅੰਦਰ ਜਨਾਬ ਜਾ ਕੇ ਇਲਮ ਦੀਨ ਨੂੰ ਕਾਰੀ ਸਾਹਿਬ ਦੇ ਸਪੁਰਦ ਕਰ ਦਿੱਤਾ। ਕਹਿਣ ਲੱਗੇ ਇਹਨੂੰ ਪੜਾਓ। 3 ਸਾਲ ਪੜ੍ਹਦੇ ਰਹੇ, 6 ਤੇ 3 9 9 ਸਾਲ ਦੀ ਉਮਰ ਦੇ ਅੰਦਰ ਜਨਾਬ ਗਾਜ਼ੀ ਸਿਰਫ ਹਰਫ ਸ਼ਨਾਸ ਹੀ ਹੋਇਆ। ਅਸਲ ਵਜ੍ਹਾ ਇਹ ਸੀ, ਹੱਥ ਫੇ ਗੈਬੀ ਵੇਂਦੀ ਸੀ, ਬਈ ਇਹ ਉਸਤਾਦੋ ਤੁਸੀਂ ਨਾ ਪੜਾਓ, ਇਹਨੇ ਇੱਥੇ ਨਹੀਂ ਜੇ ਪੜ੍ਹਨਾ, ਇਹਨੇ ਪੜਿਆ ਤੇ ਮੁਹੰਮਦ ਦੀਆਂ ਨਜ਼ਰਾਂ ਚ। ਪੜਨਾ ਵਕਤ ਆਇਆ ਤੇ ਪਤਾ ਲੱਗੇਗਾ। ਮੇਰੇ ਪੀਰੇ ਬਾਉ ਨੇ ਫਰਮਾਇਆ, ਇਲਮੁ ਜੁਜੋ ਕਰੇ ਫਕੀਰੀ, ਕਾਫਰ ਮਰੇ ਦੀਵਾਨਾ। ਜਿਹਨੂੰ ਮਿਲ ਗਿਆ ਯਾਰ ਯਗਾਨਾ।
6 ਤੇ 3 9 ਜਦੋਂ 9 10 ਸਾਲ ਦੀ ਉਮਰ ਹੋਈ ਮੇਰੇ ਬਾਪ ਨੇ ਭਾਟੀ ਗੇੜ ਦੇ ਅੰਦਰ ਮਿਸਤਰੀ ਨਿਜ਼ਾਮਉਦੀਨ ਦੇ ਸਪੁਰਦ ਕਰ ਦਿੱਤਾ। ਮੈਂ ਆਪਣਾ ਜਾਤੀ ਪੇਸ਼ਾ ਸਿੱਖਦਾ ਰਿਹਾ। ਫਿਰ ਭਾਈ ਮੁਹੰਮਦ ਦੀਨ ਤੇ ਅੱਬਾ ਤਾਲਿਆ ਮਨ ਦੀ ਮਦਦ ਦੇ ਨਾਲ ਮੈਂ ਕਾਰੀਗਰ ਬਣ ਗਿਆ ਆਪਣਾ ਕੰਮ ਕਰਨ ਲੱਗ ਪਿਆ। ਕਹਿੰਦੇ ਨੇ ਬਚਪਨ ਤੋਂ ਨਮਾਜ਼ੀ ਸਾਂ, ਨਾ ਕਿਸੇ ਨਾਲ ਬਹਿਣ, ਨਾ ਕਿਸੇ ਨਾਲ ਖਲੋਣ, ਨਾ ਦਰਦ ਕਿਸੀ ਸੇ ਵਾਸਤਾ, ਹਮੇ ਕਾਮ ਹੈ ਆਪਣੇ ਕਾਮ ਸੇ, ਤੇਰੇ ਜ਼ਿਕਰ ਸੇ, ਤੇਰੇ ਫਿਕਰ ਸੇ, ਤੇਰੀ ਯਾਦ ਸੇ, ਤੇਰੇ ਨਾਮ ਸੇ। ਕਿਸੇ ਦੇ ਆਏ ਦਾ ਗਏ ਦਾ, ਆਪਣੀ ਮਸਤੀ ਦੇ ਅੰਦਰ ਗਾਜ਼ੀ ਇਲਮਦੀਨ ਕਹਿੰਦੇ ਪਹਿਲੀ ਇਸ਼ਕ ਦੀ ਚੰਗਾਰੀ ਕਿਧਰੋਂ ਲੱਗੀ, ਮੈਂ ਵੇਖਣਾ ਕੀ ਆ ਜਨਾਬ, ਮੇਰਾ ਭਤੀਜਾ ਸ਼ੌਕਤ ਅਲੀ ਫੌਤ ਹੋਇਆ, ਉਹਦਾ ਜਨਾਜ਼ਾ ਪੜ ਕੇ ਅਸੀਂ ਆ ਰਹੇ ਹਾਂ, ਵੇਖਿਆ ਕੀ ਜਨਾਬ ਅੱਗੋਂ ਇੱਕ ਜਨਾਜ਼ਾ ਆ ਰਿਹਾ ਹੈ, ਉਹ ਜਨਾਜ਼ੇ ਦੇ ਨਾਲ ਲੋਕ ਧਾੜਾ ਮਾਰ ਕੇ ਰੋਂਦੇ ਨੇ ਪਏ, ਕੋਈ ਕੁਝ ਅੰਦਾਜ਼ ਨਾ ਰੋਂਦਾ, ਕੋਈ ਕਿਸੇ ਅੰਦਾਜ਼ ਨਾ ਰੋਂਦਾ। ਇਲਮਦੀਨ ਗਾਓ ਕੇ ਪੁੱਛਦਾ ਬੇਲੀਓ, ਯਾਰੋ ਮੈਨੂੰ ਦੱਸੋ ਇਹ ਕਿਹਦਾ ਜਨਾਜ਼ਾ ਲੈ ਕੇ ਆ ਰਹੇ ਹੋ? ਕਹਿਣ ਲੱਗੇ ਮੌਲਵੀ ਤਾਜਦੀਨ ਮੁਹੰਮਦ ਦਾ ਆਸ਼ਿਕ ਜਿਹਦਾ ਜਨਾਜ਼ਾ ਪਿਆ ਜਾਂਦਾ ਹੈ। ਮੇਰਾ ਇਸ਼ਕ ਕਹਿੰਦਾ ਗਾਜ਼ੀ ਨੇ ਮਦੀਨੇ ਵੱਲ ਮੂੰਹ ਕੀਤਾ ਹੋਵੇਗਾ, ਔਰ ਆਖਿਆ ਹੋਵੇਗਾ ਕਮਲੀ ਵਾਲਿਆ ਕਦੀ ਮੈਂ ਵੀ ਜੇ ਮਰਾਂ ਮੇਰਾ ਜਨਾਜ਼ਾ ਨਿਕਲੇ ਲੋਕੀ ਕਹਿਣ ਕਿਸੇ ਆਸ਼ਿਕ ਰਸੂਲ ਦਾ ਜਨਾਜ਼ਾ। ਪਹਿਲੀ ਇਸ਼ਕ ਦੀ ਚੰਗਾਰੀ ਲੱਗੀ, ਦੂਜੀ ਇਸ਼ਕ ਦੀ ਚੰਗਾਰੀ ਕਿਸ ਤਰ੍ਹਾਂ ਲੱਗੀ? ਨਮੂਸੇ ਰਿਸਾਲਤ ਤੇ ਸੈਯਦ ਅਤਾਉੱਲਾ ਸ਼ਾਹ ਬੁਖਾਰੀ ਤਕਰੀਰ ਪਿਆ ਕਰਦਾ, ਇਲਮਦੀਨ ਸੁਣਦਾ ਪਿਆ, ਹੋਰ ਲੋਕ ਵੀ ਸੁਣਦੇ ਨੇ ਪਏ। ਇਲਮਦੀਨ ਸੁਣਨ ਦੇ ਬਾਅਦ ਆਪਣੇ ਭਾਈ ਮੁਹੰਮਦ ਦੀਨ ਨੂੰ ਜਾ ਕੇ ਕਹਿੰਦਾ, ਭਾਈ ਮੁਹੰਮਦ ਦੀਨਾ, ਉਸ ਆਖਿਆ ਕੀ ਗੱਲ ਏ? ਕਹਿਣ ਲੱਗਾ ਜਿਹੜਾ ਰਾਜਪਾਲ ਖੱਤਰੀ ਨੂੰ ਮਾਰੇ ਉਹਨੂੰ ਕਿਹੜਾ ਇਨਾਮ ਮਿਲੇਗਾ, ਉਹਨੂੰ ਕਿਹੜਾ ਇਨਾਮ ਮਿਲੇਗਾ? ਤਵੱਜੋ ਹੋਵੇ ਜ਼ਰਾ ਮੇਰੀ ਗੱਲ ਵੱਲ। ਕਹਿਣ ਲੱਗਾ ਜਿਹੜਾ ਰਾਜਪਾਲ ਖੱਤਰੀ ਨੂੰ ਮਾਰੇ ਉਹਨੂੰ ਕਿਹੜਾ ਇਨਾਮ ਮਿਲੇਗਾ? ਭਾਈ ਮੁਹੰਮਦ ਦੀਨ ਬੜੇ ਪਿਆਰ ਨਾਲ ਬੋਲ ਕੇ ਕਹਿਣ ਲੱਗਾ, ਭਾਈ ਜਾਨ ਇਲਮਦੀਨਾ ਕੀ ਪਿਆ ਪੁੱਛਨੇ? ਇੱਥੇ ਜਿਹੜਾ ਰਾਜਪਾਲ ਖੱਤਰੀ ਨੂੰ ਮਾਰੇ ਉਹਨੂੰ ਇਨਾਮ ਕੀ ਮਿਲੇਗਾ? ਭਰਾ ਮੁਹੰਮਦ ਦੀਨ ਕਹਿੰਦਾ ਉਹਨੂੰ ਸੂਲੀ ਮਿਲੇਗੀ, ਤਖਤਾਦਾਰ ਮਿਲੇਗਾ, ਉਹਨੂੰ ਜਨਾਬ ਸੂਲੀ ਤੇ ਲਟਕਾਇਆ ਜਾਏਗਾ। ਉਸੇ ਵੇਲੇ ਇਲਮਦੀਨ ਹੱਸ ਕੇ ਕਹਿੰਦਾ ਹੈ, ਉਹ ਬੜੀ ਖੁਸ਼ ਨਸੀਬ ਘੜੀ ਹੋਵੇਗੀ ਜਦੋਂ ਯਾਰ ਦੇ ਨਾਂ ਤੇ ਮੈਂ ਖੁਸ਼ ਨਸੀਬ ਖੜੀ ਹੋਵੇਗੀ ਜਦੋਂ ਯਾਰ ਦੇ ਨਾਂ ਤੇ ਬੋਲੋ, ਜਦੋਂ ਯਾਰ ਦੇ ਨਾਂ ਤੇ ਸੂਲੀ ਚੜ ਜਾਵਾਂਗਾ। ਅੱਲਾਹੁ ਅਕਬਰ। ਗਾਜ਼ੀ ਕਹਿੰਦਾ ਤੇਰੀ ਜੀ ਚੰਗਾਰੀ ਕਿੱਥੋਂ ਲੱਗੀ? ਅੱਲਾ ਅੱਲਾ। ਮੇਰੇ ਅੱਬੇ ਨੇ ਰੇਲਵੇ ਸਟੇਸ਼ਨ ਦਾ ਠੇਕਾ ਲਿਆ ਕੁਹਾੜ ਦਾ,
ਮੈਂ ਵੀ ਅੱਬੇ ਦੇ ਨਾਲ ਕੰਮ ਕਰਨ ਗਿਆ, ਨਮਾਜ਼ੀ ਤੇ ਹੈ ਸਾਂ, ਅੱਲਾ ਅੱਲਾ ਤੇ ਕਰਦਾ ਸਾਂ। ਮੈਂ ਜਦੋਂ ਮਸਜਿਦ ਵਿੱਚ ਨਮਾਜ਼ ਪੜਨ ਗਿਆ, ਉਹ ਪੇਸ਼ੀ ਦਾ ਟਾਈਮ ਏ, ਮੇਰੇ ਜਾਣ ਤੋਂ ਪਹਿਲਾਂ ਇੱਕ ਬੁੱਢਾ ਜਿਹਾ ਬਾਬਾ ਮਸੀਤੇ ਚੀਖਾ ਮਾਰਦਾ ਗਿਆ। ਬਾਜੀ ਲਮਦੀਨ ਕਹਿੰਦਾ ਮੈਂ ਉਹਦੇ ਨੇੜੇ ਹੋਇਆ, ਮੈਂ ਕਹਿੰਦਾ ਬਾਬਾ ਤੇਰਾ ਕੋ ਪੁੱਤਰ ਫੌਤ ਹੋ ਗਿਆ, ਕੋ ਭਰਾ ਫੌਤ ਹੋ ਗਿਆ, ਬਾਬਾ ਕਿਉਂ ਪਿਆ ਰੋਨਾ? ਉਹਨੇ ਕਿਹਾ ਪੁੱਤਰਾ ਪਰਾਂ ਹਟ ਕੇ ਖੜਾ ਹੋ ਜਾ, ਤੂੰ ਮੇਰੇ ਕਿਹੜੇ ਆਂਸੂ ਸਾਫ਼ ਕਰਨੇ ਨੇ। ਕਹਿੰਦਾ ਬਾਬਾ ਦੱਸ ਤੇ ਸਹੀ, ਅਗਰ ਅੱਲਾ ਨੇ ਤਾਕਤ ਦਿੱਤੀ ਮੈਂ ਤੇਰੇ ਆਂਸੂ ਜਿਹੜੇ ਨੇ ਉਹ ਸਾਫ਼ ਕਰ ਦੇਵਾਂਗਾ। ਕਹਿਣ ਲੱਗਾ ਮੁੰਡਿਆ ਤੂੰ ਕਿੱਧਰੋਂ ਆਇਆ? ਆਪਨੇ ਫਰਮਾਇਆ ਗਾਜ਼ੀ ਕਹਿੰਦਾ ਮੈਂ ਲਾਹੌਰ ਚੋਂ ਆਇਆ ਵਾਂ। ਕਹਿਣ ਲੱਗਾ ਤੇਰੇ ਲਾਹੌਰ ਸ਼ਹਿਰ ਦੇ ਅੰਦਰ ਇੱਕ ਰਾਜਪਾਲ ਖੱਤਰੀ ਮੇਰੇ ਮਹਿਬੂਬ ਦੀ ਤੁਹੀਨ ਪਿਆ ਕਰਦਾ ਏ, ਤੇ ਮੈਂ ਰੋਨਾ ਵਾਂ ਕਮਲੀ ਵਾਲਿਆ ਕਦੀ ਬੁੱਢਾ ਨਾ ਆਉਂਦਾ, ਮੈਂ ਜਾ ਕੇ ਆਪਣੀ ਜਾਨ ਤੇਰੇ ਤੇ ਕੁਰਬਾਨ ਕਰ ਦੇਂਦਾ। ਕਮਲੀ ਵਾਲਿਆ ਮੈਂ ਹੈ ਹੀ ਬੁੱਢਾ ਵਾਂ, ਨਾ ਮੇਰਾ ਜਿਸਮ ਕੰਮ ਕਰਦਾ ਏ, ਨਾ ਤਾਕਤ ਕੰਮ ਕਰਦੀ ਏ। ਕਾਦੀ ਕਹਿੰਦਾ ਏ ਮੇਰੇ ਇਸ਼ਕ ਵਿੱਚ ਛੁਰੀ ਤਰ੍ਹਾਂ ਵੱਜ ਗਈ। ਮੈਂ ਕਹਿਣਾ ਬਾਬਾ, ਮੈਂ ਸੀਨੇ ਨਾਲ ਲਾ ਕੇ ਕਹਿਣਾ ਬਾਬਾ ਨਾ ਰੋ, ਬਾਬਾ ਨਾ ਰੋ। ਅਗਰ ਮੁਹੱਬਤ ਦੇ ਰੰਗ ਵਿੱਚ ਅਰਜ਼ ਕਰਾਂ, ਜ਼ਰੂਰ ਗਾਜ਼ੀ ਨੇ ਬਾਬੇ ਦੇ ਅਥਰੂ ਆਪਣੀ ਕਮੀਜ਼ ਨਾਲ ਪੂੰਝੇ ਹੋਣਗੇ, ਜ਼ਰੂਰ ਪੂੰਝੇ ਹੋਣਗੇ। ਅਥਰੂ ਵੀ ਬੜੇ ਖੁਸ਼ ਨਸੀਬ ਨੇ ਜਿਹੜੇ ਮੁਹੰਮਦ ਦੇ ਇਸ਼ਕ ਵਿੱਚ ਰੋਂਦੇ ਨੇ ਪਏ, ਉਹ ਅੱਖਾਂ ਦੇ ਵਿੱਚੋਂ ਆਂਸੂ ਵੀ ਬੜੇ ਖੁਸ਼ ਨਸੀਬ ਨੇ। ਜਿਹੜੇ ਵੇਲੇ ਗਾਜ਼ੀ ਲਮਦੀਨ ਨੇ ਮੇਰੇ ਦੋਸਤ ਵੰਜ ਉਹਦੇ ਅਥਰੂ ਸਾਫ਼ ਕੀਤੇ, ਕਹਿੰਦਾ ਬਾਬਾ ਨਾ ਰੋ, ਬਾਬਾ ਨਾ ਰੋ, ਤੇਰੇ ਅਥਰੂਆਂ ਦਾ ਮੁੱਲ ਇੰਜ ਦਾ ਪਾਵਾਂਗਾ, ਚੰਦ ਮਹੀਨਿਆਂ ਦੇ ਬਾਅਦ ਤੈਨੂੰ ਪਤਾ ਲੱਗੇਗਾ ਤਾਲਿਆ ਮੰਦ ਦਾ ਪੁੱਤਰ ਇਲਮਦੀਨ ਮੁਹੰਮਦ ਤੋਂ ਕੁਰਬਾਨ। ਚੰਦ ਦਿਨਾਂ ਬੰਨ ਮਹੀਨਿਆਂ ਦੇ ਬਾਅਦ ਤੈਨੂੰ ਪਤਾ ਲੱਗੇਗਾ ਤਾਲਿਆ ਮੰਦ ਦਾ ਪੁੱਤਰ ਇਲਮਦੀਨ ਮੁਹੰਮਦ ਤੋਂ ਇਹ ਤਰੀ ਜੀਸ਼ਕ ਦੀ ਚੰਗਾਰੀ। ਹੁਣ ਚੌਥੀ ਸੁਣੋ, ਸਾਰੇ ਕਵੋ ਸੁਭਾਨ ਅੱਲਾ, ਮੈਂ ਰੇਲਵੇ ਕੁਹਾੜ ਦੇ ਠੇਕੇ ਤੋਂ ਬਾਅਦ ਬਾਬਲ ਦੇ ਨਾਲ ਮੈਂ ਲਾਹੌਰ ਦੀ ਸਰਜ਼ਮੀਨ ਤੇ ਪਹੁੰਚਿਆ। ਇੱਕ ਦਿਨ ਮੈਂ ਰਾਤ ਨੂੰ ਸੁੱਤਾ, ਰਾਤ ਨੂੰ ਸੁੱਤਾ, ਕਈ ਸੁੱਤੇ ਹੀ ਸੌ ਜਾਂਦੇ ਨੇ, ਕਈਆਂ ਦੀਆਂ ਸੁੱਤਿਆਂ ਪਈਆਂ ਕਿਸਮਤਾਂ ਜਾਗ ਪੈਂਦੀਆਂ। ਮੇਰੇ ਪੀਰੇ ਬਾਉ ਨੇ ਫਰਮਾਇਆ ਇੱਕ ਜਾਗਣਾ ਇੱਕ ਜਾਗ ਨਾ ਜਾਣ, ਇੱਕ ਜਾਗਦਿਆਂ ਹੀ ਸੁੱਤੀ
ਜਾਗੀ ਤੇ ਲੈਂਦੇ ਈਸਾ ਪੁੱਠੇ ਹੋਏ ਇੱਕ ਸੁੱਤਿਆ ਜਿੰਨਾ ਮੇਰਾ ਦਿਲ ਕਰਦਾ ਗਾਦੀ ਅੱਗੇ ਵੀ ਚੱਲਦਾ ਪਿਆ, ਲੇਕਿਨ ਆਪਣੀ ਜਾਮਿਆ ਮਸਜਿਦ ਦੇ ਆਉਲ ਮੁਸਤਫਾ ਰੋਡ ਨਜ਼ਦ ਦਸਤਗੀਰ ਪੈਟਰੋਲ ਪੰਪ ਸ਼ੇਰਾਂ ਵਾਲਾ ਬਾਗ ਦੇ ਕਰੀਬ ਗੁਜਰਾਂ ਵਾਲੇ ਦੀ ਇਸ ਮਸਜਿਦ ਚੋਂ ਵੀ ਮੇਰਾ ਦਿਲ ਕਰਦਾ ਆਸ਼ਕੇ ਰਸੂਲ ਦਾ ਜ਼ਿਕਰ ਕਰ। ਅੱਜ ਚੂੰਕਿ 31 ਅਕਤੂਬਰ ਏ, ਅੱਜ ਉਸ ਮਰਦੇ ਕਲੰਦਰ ਦੀ ਸ਼ਹਾਦਤ ਦਾ ਦਿਨ ਏ, ਮੇਰਾ ਦਿਲ ਕਰਦਾ ਮੈਂ ਅੱਜ ਅਰਜ਼ ਕਰ ਦੇਵਾਂ ਜ਼ਰਾ ਸਾਰੇ ਪਿਆਰ ਨਾ ਕਹੋ ਸੁਭਾਨ ਅੱਲਾਹ, ਕਹੋ ਸੁਭਾਨ ਅੱਲਾਹ। ਹਜ਼ਰਤ ਗਾਜ਼ੀ ਲਮਦੀਨ ਕਹਿੰਦਾ ਮੈਂ ਆ ਗਿਆ ਬਖਤਾਂ ਵਾਲੀ ਰਾਤ, ਮੈਂ ਰਾਤ ਨੂੰ ਲੇਟਿਆ ਮੇਰੀ ਕਿਸਮਤ ਜਾਗ ਪਈ, ਅੱਖ ਲੱਗੀ ਅੱਖ ਲੱਗੀ ਅੱਖ ਲੱਗੀ ਅੱਖ ਲੱਗੀ, ਮੀਆਂ ਸਾਹਿਬ ਫਰਮਾਉਂਦੇ ਨੇ ਰਾਤ ਪਵੇ ਤੇ ਮਦਾਨ ਹੋ ਯਾਦ ਸਜਣ ਦੀ ਤੇ ਸੁਤਿਆ ਲਮਦੀਨ ਕਹਿੰਦਾ ਮੇਰੀ ਅੱਖ ਇੰਜ ਪਿਪਲੀਆਂ ਤੇ ਇਹ ਜਿਹੜੇ ਵੇਲੇ ਬੰਦ ਹੋਈਆਂ ਇਹ ਬੰਦ ਹੋਈ ਅੱਲਾਹ ਦਿਲ ਦੀ ਅੱਖ ਖੁੱਲ ਗਈ ਬੰਦ ਹੋਈ ਦਿਲ ਦੀ ਅੱਖ ਖੁੱਲ ਗਈ ਮੈਂ ਵੇਨਾ ਕੀਆ ਇੱਕ ਸੋਹਣੀ ਜੀ ਸ਼ਕਲ ਵਾਲਾ ਆਦਮੀ ਆਇਆ, ਉਹਦੀਆਂ ਸਿਰਫ ਅੱਖਾਂ ਨੰਗੀਆਂ ਨੇ, ਉਹਨੇ ਮੈਨੂੰ ਹੱਥ ਮਾਰਿਆ ਸੱਜਾ ਹੱਥ ਮਾਰ ਕੇ ਜਗਾਇਆ, ਜਗਾ ਕੇ ਕਹਿੰਦਾ ਇਲਮਦੀਨ ਉੱਠ ਇਲਮਦੀਨ ਉੱਠ, ਚੌਥਾ ਪੈਗਾਮ ਆਇਆ ਇਲਮਦੀਨ ਉੱਠ। ਆਂਦੇ ਨੇ ਮੈਂ ਬੜਾ ਹੈਰਾਨ ਹੋਇਆ, ਉਹਨੇ ਆਖਿਆ ਉੱਠ ਕੇ ਇੰਨੀ ਗੱਲ ਕਹਿੰਦਾ ਜਾ ਰਾਜਪਾਲ ਦੀ ਗਰਦਨ ਲਾ ਦੇ, ਇੰਨੀ ਗੱਲ ਕੀਤੀ ਆਪ ਚਲਾ ਗਿਆ, ਇੰਨੀ ਗੱਲ ਕਰਕੇ ਆਪ ਚਲਾ ਗਿਆ। ਇਲਮਦੀਨ ਕਹਿੰਦਾ ਵੱਡੇ ਵੇਲੇ ਦਿਨ ਚੜਿਆ ਤੇ ਮੈਂ ਰਾਤ ਦਾ ਟਾਈਮ ਆਇਆ, ਦਿਹਾੜੀ ਗੁਜ਼ਰ ਗਈ, ਉਹ ਰਾਤ ਦਾ ਬੜਾ ਅਜੀਬ ਜਿਹਾ ਮਰਕਜ਼, ਬੜਾ ਅਜੀਬ ਜਿਹਾ ਹੈਰਤ ਅੰਦੇਜ਼ ਰੰਗ, ਮੈਂ ਵੇਨਾ ਕੀ ਆ ਮੈਨੂੰ ਉਸੇ ਵੇਲੇ ਜਾਗ ਆ ਗਈ, ਮੇਰੀ ਅੰਮਾ ਚਿਰਾਗ ਬੀਬੀ ਮੇਰੇ ਵੱਲ ਵੇਂਦੀ ਹੈ ਤੇ ਮੈਂ ਕੰਬੀ ਜਾਣਾ ਵਾਂ ਕੰਬੀ ਜਾਣਾ ਵਾਂ, ਪਸੀਨੇ ਦੇ ਨਾਲ ਮੈਂ ਭਰਿਆ ਪਿਆ ਵਾਂ। ਮੇਰੀ ਮਾਂ ਪੁੱਛਦੀ ਹੈ ਵੇ ਇਲਮਦੀਨਾ
ਬੱਚਾ ਕੀ ਹੋਇਆ? ਗੱਲ ਲੁਕਾਉਣ ਵਾਸਤੇ ਅਰਜ਼ ਕੀਤੀ, ਅੰਮਾ ਗੱਲ ਕੋਈ ਨਹੀਂ, ਐਵੇਂ ਹੀ ਡਰ ਆਇਆ ਵੇ ਪੁੱਤਰਾ, ਤੂੰ ਤੇ ਕਦੀ ਡਰਿਆ ਹੀ ਨਹੀਂ। ਅਰਜ਼ ਕੀਤੀ, ਅੰਮਾ ਕੋਈ ਸਮਝ ਨਹੀਂ ਲੱਗੀ, ਡਰ ਗਿਆ ਵਾ। ਰਾਤ ਪਈ, ਸ਼ਾਦੀ ਨਮਾਜ਼ ਇਲਮਦੀਨ ਨੇ ਪੜ੍ਹੀ, ਰੋਂਦਿਆਂ ਰੋਂਦਾ ਕਹਿੰਦਾ ਰਾਤ ਨੂੰ ਅੱਖਾਂ ਨਾ ਨੰਗੀਆਂ ਕਰੀ, ਚਿਹਰੇ ਤੋਂ ਕੱਪੜਾ ਲਾ, ਚਿਹਰੇ ਤੋਂ ਕੱਪੜਾ ਲਾ ਕੇ ਆ ਜਾ ਮੁੱਖ ਵਖਾ ਜਾ, ਇੱਥੇ ਦੱਸੀ ਚਾਤ ਹੁਸਨ ਦੀ। ਰੂਮੀ ਕਸ਼ਮੀਰ ਵਾਦੀ ਏ, ਕਸ਼ਮੀਰ ਦਾ ਬੇਤਾਜ ਬਾਦਸ਼ਾਹ ਕਹਿੰਦਾ ਕੀ ਏ, ਆ ਜਾ ਅੱਖੀਆਂ ਉਡੀਕਦੀਆਂ, ਮੁਸਲਮਾਨੋ ਜ਼ਰਾ ਗੌਰ ਕਰੋ, ਗਾਦੀ ਪਿਆ ਕਹਿੰਦਾ ਹੈ ਸੋਹਣਿਆ ਆ ਜਾ, ਗਾਦੀ ਕਹਿੰਦਾ ਰਾਤ ਲੇਟਿਆ ਅੱਖ ਲੱਗੀ, ਕਿਸਮਤ ਜਾਗ ਪਈ, ਉਹਦਾ ਚਿਹਰਾ ਨੰਗਾ, ਆ ਕੇ ਉਂਝ ਉਹਨੇ ਹੱਥ ਦੀ ਠੋਕਰ ਮਾਰੀ, ਠੋਕਰ ਮਾਰ ਕੇ ਕਹਿੰਦਾ ਇਲਮਦੀਨ ਉੱਠ, ਉੱਠ, ਅੱਜ ਮੈਂ ਤੈਨੂੰ ਖੁੱਲੀ ਗੱਲ ਦੱਸਾਂ, ਉੱਠ 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 ਕੇ ਰਾਜਪਾਲ ਬੇਈਮਾਨ ਦੀ ਗਰਦਨ ਲਾ ਦੇ, ਮੈਂ ਤੈਨੂੰ ਖਬਰ ਦੇਣ ਆਇਆ, ਮੁਹੰਮਦ ਨੇ ਤੇਰੀ ਸ਼ਹਾਦਤ ਕਬੂਲ ਕਰ। ਇਮਾਨਦਾਰੀ ਨਾਲ ਦੱਸੋ ਮੇਰੇ ਹਜ਼ੂਰ ਦੇ ਦੀਵਾਨੇ ਹੋ, ਜਿਹਨੂੰ ਇਹ ਪਤਾ ਲੱਗਿਆ ਮੁਹੰਮਦ ਤੈਨੂੰ ਕਬੂਲ ਕਰ ਲਿਆ, ਗਾਲੀ ਕਹਿੰਦਾ ਮੈਂ ਰਾਤ ਨੂੰ ਰੋਜ਼ ਹੀ ਰੋਨਾ, ਮਹਬੂਬਾ ਤੈਨੂੰ ਕਿਹੜੀ ਅਦਾ ਪਸੰਦ ਹੈ, ਮਹਬੂਬਾ ਤੁਹਾਨੂੰ ਕਿਹੜੀ ਅਦਾ ਪਸੰਦ ਹੈ। ਸੁਣੋ, ਗਾਦੀ ਇੱਕ ਦਿਨ ਆਪਣੀ ਅੰਮਾ ਨੂੰ ਕਹਿੰਦਾ, ਅੰਮਾ ਜੀ ਅੱਜ ਮੈਨੂੰ ਖਰਚਾ ਜ਼ਿਆਦਾ ਦਿਓ। ਮਾਂ ਨੇ ਆਖਿਆ ਬੇਟਾ ਤੂੰ ਤੇ ਖਰਚ ਕਦੀ ਮੰਗਿਆ ਹੀ ਨਹੀਂ, ਅੰਮਾ ਅੱਜ ਖਰਚਾ ਜ਼ਿਆਦਾ ਦਿਓ। ਗਾਜ਼ੀ ਨੇ ਬਰਚਾ ਖਰੀਦਿਆ, ਬਰਚਾ ਖਰੀਦ ਕੇ ਉਹਦੀ ਤਾਰ ਤੇਜ਼ ਕੀਤੀ, ਤਾਰ ਤੇਜ਼ ਕਰਕੇ ਉਹਨੂੰ ਕੱਪੜੇ ਵਿੱਚ ਲਪੇਟ ਕੇ ਹੀ ਰੱਖ ਦਿੱਤਾ। ਗਾਜ਼ੀ ਕਹਿੰਦਾ ਵਕਤ ਗੁਜ਼ਰਦਾ ਗਿਆ, ਇੱਕ ਦਿਨ ਕੀ ਹੋਇਆ, ਜਦੋਂ ਮੈਂ ਤਿਆਰੀਆਂ ਵਿੱਚ ਸਾਂ ਰਾਜਪਾਲ ਨੂੰ ਮਾਰਨ ਦੇ,
ਮੈਂ ਤਿਆਰੀਆਂ ਵਿੱਚ ਸਾਂ ਦੋ ਦਿਨ ਪਹਿਲੇ ਮੈਂ ਕੀ ਕੀਤਾ, ਨਾਤਾ ਧੋਤਾ, ਸੋਹਣੇ ਕੱਪੜੇ ਪਾਏ, ਸਿਰ ਤੇ ਫੁੱਲੀਆਂ ਵਾਲਾ ਰੁਮਾਲ ਵੱਧਾ, ਰੁਮਾਲ ਬਣ ਕੇ ਦਾਤਾ ਦੀ ਬਾਰਗਾਹ ਵਿੱਚ ਆ ਗਿਆ, ਦਾਤਾ ਅਲੀ ਗੰਜ ਬਖਸ਼ ਅਜਮੇਰੀ ਦੀ ਬਾਰਗਾਹ ਵਿੱਚ ਆ ਗਿਆ। ਸੁਣਦਾ ਜੀ ਦਾ ਅਕੀਦਾ ਕੀ ਏ, ਨਾਮ ਫਕੀਰ ਤਿਨਾ ਦਾ ਬਾਗ, ਖਬਰ ਜਿਨਾ ਦੀ ਜੀਵੇ ਹੋ। ਕਾਦੀ ਲੰਬੀਨ ਸ਼ਹੀਦ ਦਾ ਅਕੀਦਾ ਏ ਵੇ, ਕਬਰਾਂ ਵਾਲੇ ਮਰਦੇ ਨਹੀਂ, ਖਬਰਾਂ ਵਾਲੇ ਮਰਦੇ ਨਹੀਂ। ਗਾਦੀ ਲੰਬੀਨ ਸ਼ਹੀਦ ਦਾਤਾ ਸਾਹਿਬ ਦੀ ਬਾਰਗਾਹ ਚ ਆ ਗਿਆ, ਫੁੱਲ ਲੈ ਫੁੱਲ ਲੈ ਕੇ ਦਾਤਾ ਸਾਹਿਬ ਦੀ ਕਬਰ ਤੇ ਰੱਖੇ, ਕਬਰ ਤੇ ਰੱਖ ਕੇ ਬੈਠ ਗਿਆ, ਫਾਤਿਹਾ ਪੜ੍ਹੀ। ਫਾਤਿਹਾ ਪੜ੍ਹਨ ਦੇ ਬਾਅਦ ਤਵੱਜੋ ਦੇ ਕੇ ਕਹਿੰਦਾ, ਅਲੀ ਹਜਵੇਰੀ ਤੂੰ ਆਲੇ ਰਸੂਲੇ, ਮੈਂ ਤੇਰੇ ਨਾਨੇ ਦਾ ਬਦਲਾ ਲੈਣ ਚੱਲਿਆ, ਮੈਨੂੰ ਵੀ ਜਰਾ ਟਿਕ ਮਾਰ ਕਰਕੇ ਦੱਸ ਦੇ, ਇਹ ਤੇਰਾ ਰੂਹਾਨੀ ਦਫ਼ਤਰ ਏ, ਤੇਰੇ ਨਾਨੇ ਨੇ ਮੈਨੂੰ ਕਬੂਲ ਕੀਤਾ ਕਿ ਨਹੀਂ ਕੀਤਾ? ਗਾਜ਼ੀ ਲਮਦੀਨ ਸ਼ਹੀਦ ਦਾ ਕਿੱਡਾ ਸੋਹਣਾ ਅਕੀਦਾ, ਬੇਸ਼ੱਕ ਬੇਸ਼ੱਕ। ਗਾਜ਼ੀ ਕਹਿੰਦਾ ਰਾਤ ਦੇ 2 ਵਜੇ ਵੇਖਿਆ ਕਿ ਜਨਾਬ ਇੱਕ ਹੱਥ ਵਧਿਆ, ਹੱਥ ਵੱਧ ਕੇ ਮੇਰੇ ਸੀਨੇ ਤੇ ਆਇਆ, ਸੀਨੇ ਤੇ ਆਇਆ ਜਿਵੇਂ ਲੇ ਨਹੀਂ ਲੱਗ ਜਾਂਦਾ। ਇਲਮਦੀਨ ਕਹਿੰਦਾ ਅੰਦਰੋਂ ਆਵਾਜ਼ ਆਈ, ਉੱਠ ਉੱਠ, ਜਾ ਚਲਾ ਜਾ, ਮੇਰੇ ਨਾਨੇ ਨੇ ਕਬੂਲ ਕਰ ਲਿਆ, ਦਰਮਿਆਨ ਰਾਜਪਾਲ ਖੱਤਰੀ ਦੀ ਦੁਕਾਨ ਵਿੱਚ ਜਾ ਕੇ ਖੜਾ ਹੋ ਗਿਆ। ਉਹਨੂੰ ਕੋਈ ਪਤਾ ਨਹੀਂ ਇਲਮਦੀਨ ਵੇ, ਆ ਫਰਮਾਨ ਲੱਗੇ, ਗੱਲ ਸੁਣੋ ਰਾਜਪਾਲ ਖੱਤਰੀਆ, ਤੂੰ ਹੀ ਮੇਰੇ ਮਹਿਬੂਬ ਦੀ ਕਿਤਾਬ ਲਿਖੀ ਏ? ਕਹਿਣ ਲੱਗਾ ਉਹ ਮੈਂ ਲਿਖੀ ਏ। ਇਲਮਦੀਨ ਨੇ ਕਿਹਾ ਮੇਰੇ ਮੁਹੰਮਦ ਦਾ ਫਰਮਾਨ ਏ, ਧੋਖਾ ਦੇ ਕੇ ਨਾ ਕਿਸੇ ਨੂੰ ਮਾਰੋ, ਤਿਆਰ ਹੋ ਜਾਓ। ਮੇਰੀ ਸਰਕਾਰ ਨੇ ਫਰਮਾਇਆ ਧੋਖਾ ਦੇ ਕੇ ਕਿਸੇ ਨੂੰ ਨਹੀਂ ਮਾਰਨਾ, ਮੈਂ ਆ ਗਿਆ, ਤੂੰ ਵੀ ਇਕੱਲਾ, ਮੈਂ ਵੀ ਇਕੱਲਾ ਹਾਂ, ਤਿਆਰ ਹੋ ਜਾ। ਬਰਛਾ ਮਾਰਿਆ, ਬਰਛਾ ਮਾਰਿਆ, ਅੰਦਰਾਂ ਜ਼ਮੀਨ ਤੇ ਜਾ ਪਈਆਂ। ਗਾਜ਼ੀ ਲਮਦੀਨ ਉੱਥੋਂ ਬੜੇ ਆਰਾਮ ਨਾਲ ਬਰਛਾ ਚੁੱਕਿਆ, ਸਾਹਮਣੇ ਲੱਕੜੀ ਦਾ ਟਾਲ ਏ, ਉੱਥੇ ਟੂਟੀ ਲੱਗੀ ਹੋਈ ਏ, ਨਾਲੇ ਬਰਛਾ ਤਸੱਲੀ ਨਾਲ ਧੋਤਾ, ਨਾਲੇ ਕੁਫਰ ਦੀਆਂ ਛਿੱਟਾਂ ਕੱਪੜਿਆਂ ਤੋਂ ਧੋਤੀਆਂ। ਇੱਕ ਖੱਤਰੀ ਬੋਲ ਕੇ ਕਹਿੰਦਾ ਉਹ ਕਾਕਾ ਦੌੜੀ ਨਾ। ਇਲਮਦੀਨ ਕਹਿੰਦਾ ਜ਼ੁਬਾਨ ਬੰਦ ਕਰਨ ਕੰਮਿਆ, ਮੈਂ ਕਿਸੇ ਦੁਨੀਆਦਾਰ ਨਾਲ ਸੌਦਾ ਨਹੀਂ ਕੀਤਾ, ਮੈਂ ਮਦੀਨੇ ਦੇ ਤਾਜਦਾਰ ਨਾਲ ਦੁਨੀਆਦਾਰ ਨਾਲ ਸੌਦਾ ਨਹੀਂ ਕੀਤਾ, ਮੈਂ ਮਦੀਨੇ ਦੇ ਤਾਜਦਾਰ ਨਾਲ ਸੌਦਾ ਕੀਤਾ। ਮੈਂ ਨੱਸ ਕੇ ਕਿੱਥੇ ਜਾਣਾ,
ਗਾਜ਼ੀ ਇਲਮਦੀਨ ਨੂੰ ਖਿਆਲ ਆਇਆ, ਮੈਂ ਵੇਖਾਂ ਤੇ ਸਹੀ ਅਗਾਇਓ ਕਿ ਕਿਧਰੇ ਜ਼ਾਲਮ ਜ਼ਿੰਦਾ ਤੇ ਨਹੀਂ। ਸੁਣੋ ਸੁਣੋ, ਜਾਮਿਆ ਜ਼ਿਆਉਲ ਮੁਸਤਫਾ ਜੀਟੀ ਰੋਡ ਗੁਜਰਾਂ ਵਾਲੇ ਦੀ ਮਸਜਿਦ ਚ ਬਹਿਣੇ ਵਾਲੇ ਹੋ, ਜ਼ਰਾ ਧਿਆਨ ਨਾਲ ਮੇਰੀ ਗੱਲ ਸੁਣਨਾ। ਗਾਜ਼ੀ ਹੌਲੇ 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 ਰਾਜਪਾਲ ਦੀ ਲਾਸ਼ ਤੇ ਪਹੁੰਚਿਆ, ਵੇਖਿਆ ਦਮ ਟੁੱਟ ਗਿਆ, ਮਰ ਗਿਆ। ਫਿਰ ਗਾਜ਼ੀ ਇਲਮਦੀਨ ਕਬਰ ਨਾਲ ਨਹੀਂ ਫਖਰ ਨਾਲ ਟੁਰਿਆ, ਨਾਜ਼ ਨਾਲ ਟੁਰਿਆ, ਨਾਜ਼ ਕਰਦਾ ਟੁਰਿਆ। ਵਿੱਚ ਖਿਆਲ ਆ ਗਿਆ, ਕਮਲੀ ਵਾਲਿਆ ਵੇਖ ਲੈ ਮੈਂ ਤੇਰੇ ਬੇਈਮਾਨ ਨੂੰ ਮਾਰ ਜਨਾਬ ਨਾਜ਼ ਨਾਲ ਸਾਰੇ ਕੁਛ ਜੇ ਇਜਾਜ਼ਤ ਹੋਵੇ ਨਕਸ਼ਾ ਦੇਵਾਂ। ਜਦੋਂ ਮੇਰੇ ਨਬੀ ਨੇ ਮੱਕਾ ਫਤਿਹ ਕੀਤਾ, ਜਦੋਂ ਮੇਰੇ ਨਬੀ ਨੇ ਮੱਕਾ ਫਤਿਹ ਕੀਤਾ, ਹਜ਼ਰਤ ਜੀ ਆਹ ਜੀ ਮੇਰੀ ਸਰਕਾਰ ਬੈਤੁੱਲਾ ਵੇ ਫਰਮਾਇਆ ਸਿਆਬਾ ਜਾ ਆਕੜ ਕੇ ਡਰੋ, ਹਜ਼ੂਰ ਵੀ ਅਕੜੇ, ਸਿਆਬਾ ਵੀ ਅਕੜੇ, ਤਿੰਨ ਤਵਾਫ ਔਰ ਰਮਲ ਦੇ ਜਿਹੜੇ ਆਕੜ ਕੇ ਕੀਤੇ, ਉਂਝ ਤੇ ਆਕੜ ਅੱਲਾ ਨੂੰ ਪਸੰਦ ਨਹੀਂ। ਰੱਬ ਨੇ ਫਰਮਾਇਆ ਮਹਬੂਬਾ ਤੇਰੀ ਤੇ ਤੇਰੇ ਯਾਰਾਂ ਦੀ ਅਦਾ ਬੜੀ ਪਸੰਦ ਆ ਗਈ ਏ, ਮੈਂ ਕਿਆਮਤ ਤੱਕ ਤੇਰੀ ਉਮਤ ਨੂੰ ਇੰਜੇ ਹੀ ਕਰਾਉਂਦਾ। ਖਤਰੀਆਂ ਦੀ ਬੋਲੀ ਅਜੀਬ ਜਿਹੀ ਹੁੰਦੀ ਆ, ਕਾਕਾ ਬੜਾ ਆਕੜਨਾ ਡੁਰਨਾ ਵਿਆਹ ਨੇ ਆਖਿਆ ਰਾਮ ਨਾ ਬੋ, ਜਦੋਂ ਮਾਲੀ ਜਿੱਤ ਲਈਏ ਆਕੜਿਆ, ਜਦੋਂ ਮਾਲੀ ਜਿੱਤ ਲਈਏ ਆਕੜ ਆ ਜਾਂਦੀ ਹੈ, ਮੈਂ ਆਕੜ ਨਾਲ ਹੀ ਡੁਰਦਾ ਪਿਆ ਨਾਦ ਆ ਗਿਆ। ਅੱਜ ਨਾਦ ਨਾ ਟੁਰਨਾ ਕਹਿੰਦਾ ਮਦੀਨੇ ਵਾਲਿਆ ਵੇਖ ਲੈ ਵੇਖ ਲੈ। ਇਲਮਦੀਨ ਨੂੰ ਫੜ ਲਿਆ ਲਾਹੌਰ ਦੀ ਜੇਲ ਵਿੱਚ, ਮਾਪਿਆਂ ਦਾ ਸਮਾਨ ਸੜ ਗਿਆ, ਖੁੱਲੇ ਸੜ ਗਏ, ਇਸ਼ਕ ਦੀਆਂ ਰੀਤਾਂ ਵੱਖਰੀਆਂ, ਮਾਂ ਵੀ ਬੇਵਤਨ, ਪਿਓ ਵੀ ਬੇਵਤਨ, ਭਰਾ ਵੀ ਘਰੋਂ ਕੱਢੇ ਗਏ। ਗਾਜ਼ੀ ਇਲਮਦੀਨ ਕਹਿੰਦਾ ਮੈਂ ਲਾਹੌਰ ਦੀ ਜੇਲ੍ਹ ਵਿੱਚ ਆ, ਇੱਕ ਰਾਤ ਗਮ ਤੇ ਕੋਈ ਨਹੀਂ ਸੀ, ਜਦੋਂ ਮੈਨੂੰ ਪਤਾ ਲੱਗਾ ਮੇਰੇ ਅੱਬੇ ਨੂੰ, ਮੇਰੀਆਂ ਭੈਣਾਂ ਨੂੰ, ਮੇਰੀ ਮਾਂ ਨੂੰ ਬੜਾ ਦੁੱਖ ਦਿੱਤਾ ਜਾ ਰਿਹਾ ਹੈ, ਮੇਰੀ ਤਬੀਅਤ ਵਿੱਚ ਥੋੜ੍ਹਾ ਜਿਹਾ ਲਰਜ਼ਾ ਆਇਆ, ਰਾਤ ਨੂੰ ਮੈਂ ਜਾਗਣਾ ਸੁੱਤਾ ਨਹੀਂ, ਇੱਕ ਸੋਹਣੀ ਜੀ ਸ਼ਕਲ ਵਾਲਾ ਬੰਦਾ ਮੇਰੇ ਕਮਰੇ ਵਿੱਚ ਆ ਗਿਆ, ਅਸਲਾਮੋ ਅਲੈਕਮ ਮੈਂ ਜਵਾਬ ਦਿੱਤਾ, ਮੈਂ ਵੇਂਦਾ ਰਹਿ ਗਿਆ। ਉਹਨੇ ਕੰਨ ਤੇ ਹੱਥ ਰੱਖਿਆ, ਕਹਿਣ ਲੱਗਾ ਇਲਮਦੀਨਾ ਡੋਲੀ ਨਾ ਡੋਲੀ ਨਾ ਡੋਲੀ ਨਾ। ਇਲਮਦੀਨਾ ਡੋਲੀ ਨਾ
ਸਰਕਮ ਸੁਭਾਨ ਅੱਲਾ ਇਲਮ ਦੀ ਨਾ ਡੋਲੀ ਨਾ ਕੰਡ ਤੇ ਹੱਥ ਰੱਖਿਆ ਝੜਬੜ ਬੂਹੋਂ ਬਾਹਰ ਇਲਮ ਦੀਨ ਕਹਿੰਦਾ ਦੱਸ ਜਾ ਤੂੰ ਕੌਣ ਹੈ ਉਹਨੇ ਅੱਗੇ ਛੱਡ ਪਰਾਂ ਡੋਲੀ ਮੇਰਾ ਨਾਂ ਪੁੱਛ ਮੈਂ ਕੌਣ ਪਰ ਤੂੰ ਨਾ ਡੋਲੀ ਤੈਨੂੰ ਖਬਰ ਦੇ ਚੱਲਿਆ ਲਾਹੌਰ ਦਾ ਵਕਤ ਗੁਜ਼ਰ ਗਿਆ ਲਾਹੌਰ ਚੋਂ ਗੁਜਰਾਂ ਵਾਲਾ ਸ਼ਹਿਰ ਬੜਾ ਅਜੀਬ ਸ਼ਹਿਰ ਏ ਬੜਾ ਨਸੀਬਾਂ ਵਾਲਾ ਸ਼ਹਿਰ ਏ ਇਹਦੀ ਮਿੱਟੀ ਬੜੀ ਜ਼ਰਖੇਜ਼ ਏ ਜ਼ਰਾ ਧਿਆਨ ਨਾਲ ਸੁਣਨਾ ਇਸ ਆਸ਼ਕ ਨੂੰ ਕੱਢਿਆ ਅਤੇ ਗੁਜਰਾਂ ਵਾਲੇ ਦੀ ਸਰਜ਼ਮੀਨ 'ਤੇ ਲਿਆਂਦਾ ਪੰਦਰਵੀਂ ਸਦੀ ਦਾ ਆਸ਼ਕ ਆਮਰ ਅਬਦੁਰਰਹਿਮਾਨ ਚੀਮਾ ਉਹ ਵੀ ਗੁਜਰਾਂ ਵਾਲੇ ਆਇਆ ਜ਼ਰਾ ਗੌਰ ਕਰਨਾ ਚੌਦਵੀਂ ਦਾ ਵੀ ਗੁਜਰਾਂ ਵਾਲੇ ਆਇਆ ਪੰਜਵੀਂ ਦਾ ਵੀ ਗੁਜਰਾਂ ਵਾਲੇ ਆਇਆ ਗੁਜਰਾਂ ਵਾਲੇ ਆਪਣੇ ਨਸੀਬਾਂ 'ਤੇ ਨਾਜ਼ ਕਰੋ ਚੌਦਵੀਂ ਸਦੀ ਦਾ ਆਸ਼ਕ ਗੁਜਰਾਂ ਵਾਲੇ ਆਇਆ ਚੌਦਵੀਂ ਸਦੀ ਦਾ ਆਸ਼ਕ ਗੁਜਰਾਂ ਵਾਲੇ ਆਇਆ ਜਿਹੜੇ ਵੇਲੇ ਗੁਜਰਾਂ ਵਾਲੇ ਦੀ ਸਰਜ਼ਮੀਨ ਚੋਂ ਨਿਕਲ ਕੇ ਇੰਜ ਮੀਆਂ ਵਾਲੀ ਵੱਲ ਮੂੰਹ ਕੀਤਾ ਉੱਥੇ ਇੱਕ ਮਜਜ਼ੂਬ ਰਹਿੰਦਾ ਸੀ ਜਿਹੜਾ ਕਿਸੇ ਨਾਲ ਬੋਲਦਾ ਨਹੀਂ ਸੀ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਜਿਹੜੇ ਵੇਲੇ ਗਾਜ਼ੀ ਇਲਮਦੀਨ ਦਾ ਮੂੰਹ ਗੁਜਰਾਂ ਵਾਲਿਓਂ ਨਿਕਲ ਕੇ ਮੀਆਂ ਵਾਲੀ ਦੀ ਸਰਜ਼ਮੀਨ ਵੱਲ ਹੋਇਆ ਉਹ ਜਿਹੜਾ ਮਜਜ਼ੂਬ ਚੱਕਰ ਲੈਣ ਲੱਗ ਪਿਆ ਮਹੱਲਿਆਂ ਵਿੱਚ ਦੌੜਨ ਲੱਗ ਪਿਆ ਬਾਜ਼ਾਰਾਂ ਵਿੱਚ ਦੌੜਨ ਲੱਗ ਪਿਆ ਕਹਿਣ ਲੱਗਾ ਮੀਆਂ ਵਾਲੀ ਵਾਲੇ ਲੋਕੋ ਇੱਕ ਜਗ੍ਹਾ ਤੇ ਦੋ ਆਸ਼ਕ ਨਹੀਂ ਰਹਿ ਸਕਦੇ ਇੱਕ ਜਗ੍ਹਾ ਤੇ ਦੋ ਆਸ਼ਕ ਨਹੀਂ ਰਹਿ ਸਕਦੇ ਮੈਂ ਚੱਲਿਆ ਜੇ ਮੁਹੰਮਦ ਦਾ ਸੱਚਾ ਆਸ਼ਕ ਗਾਦੀ ਇਲਮਦੀਨ ਸ਼ਹੀਦ ਆਉਂਦਾ ਜੇ ਸੜਕਾਂ ਤੇ ਨਿਕਲੋ ਬੰਨੇ ਨਿਕਲ ਜਾਓ ਮੁਹੰਮਦ ਦਾ ਆਸ਼ਕ ਆ ਰਿਹਾ ਜੇ ਇਲਮਦੀਨ ਕਹਿੰਦਾ ਮੈਂ ਜੇ ਮੀਆਂ ਵਾਲੀ ਪਹੁੰਚਿਆ ਨੀ ਲੋਕ ਲੈਣਾ ਬਣ ਕੇ ਮਸਤ ਵਜ਼ਰਾ ਲੈਣਾ ਬਣ ਕੇ ਖਲੋਤੇ ਹੋਏ ਨੇ ਮੀਆਂ ਵਾਲੀ ਦੀ ਜੇਲ ਆ ਗਈ ਇਲਮਦੀਨ ਕਹਿੰਦਾ ਹੈ ਮੈਂ ਜੇਲ ਵਿੱਚ ਆ ਦਿਨੇ ਰੋਜ਼ਾ ਰਾਤ ਸ਼ਬੇਦਾਰੀ ਵਾਹ ਗਾਜ਼ੀ ਸਿਆਲ ਸ਼ਰੀਫ ਦਾ ਬੇਤਾਜ ਬਾਦਸ਼ਾਹ ਸ਼ੇਖੁਲ ਇਸਲਾਮ ਵਲ ਮੁਸਲਿਮੀਨ ਦੇ ਖਾਜਾ ਸਾਹਿਬ ਕਮਰਉਦੀਨ ਦੇ ਅੱਬਾ ਜੀ ਹਜ਼ਰਤ ਆਫਤ ਮੁਹੰਮਦ ਜ਼ਿਆਉਦੀਨ ਮੀਆਂ ਵਾਲੀ ਦੀ ਜੇਲ ਵਿੱਚ ਇਲਮਦੀਨ ਗਾਜ਼ੀ ਨੂੰ ਮਿਲਣ ਆਏ ਅਗਾਂਹ ਹੋ ਕੇ ਦਿਲ ਕੀਤਾ ਗਾਜ਼ੀ ਦੇ ਹੱਥ ਚੁੰਮਾਂ ਗਾਜ਼ੀ ਨੇ ਪਹਿਲੋਂ ਹੱਥ ਚੁੰਮ ਲਏ ਕਹਿਣ ਲੱਗਾ ਪੀਰ ਜੀ ਬੜੀ ਕਾਲ ਕੀਤੀ ਜੇ ਇੰਜ ਨਹੀਂ ਕਰੀਦਾ ਨੌਕਰ ਨੌਕਰੀ ਗੁਲਾਮ ਗੁਲਾਮ ਹੀ ਹੁੰਦੇ ਨੇ ਤੂੰ ਸਿਆਲ ਦਾ ਲਾੜਾ ਏ ਮੇਰੇ ਹੱਥ ਨਾ ਚੁੰਮ ਮੈਨੂੰ ਚੁੰਮਣ ਦੇ ਹਾਫਿਜ਼ ਮੁਹੰਮਦ ਜ਼ਿਆਉਦੀਨ ਸਿਆਲ ਸ਼ਰੀਫ ਦਾ ਲਾੜਾ ਆਪ ਕਹਿੰਦੇ ਨੇ ਮੈਂ ਆਖਿਆ ਇਲਮਦੀਨ ਤੂੰ ਕਦੀ ਮੈਂ
ਮੈਂ ਤੈਨੂੰ ਸੂਰਜ ਯੂਸਫ ਲੈ ਸਲਾਮ ਨਾ ਸੁਣਾਵਾਂ। ਸੁਣਾਉਣ ਲੱਗ ਪਏ, ਜ਼ੇਰ ਦੀ ਜ਼ਬਰ, ਜ਼ਬਰ ਦੀ ਜ਼ੇਰ, ਜ਼ਬਾਨ ਵਿੱਚ ਲੁਕਨਤ ਆ ਗਈ। ਇਲਮਦੀਨ ਕਹਿੰਦਾ, ਪੀਰ ਜੀ ਇੰਜ ਪੜੋ, ਇੰਜ ਪੜੋ, ਇੰਜ ਪੜੋ, ਇੰਜ ਪੜੋ, ਇੰਜ ਪੜੋ। ਕਿਸੇ ਉਹ ਜਨਾਬ ਕੁਰਾਨੇ ਪਾਕ ਪੜ੍ਹਨਾ ਬੰਦ ਕਰਕੇ ਹਾਫਿਜ਼ ਜ਼ਿਆਉਦੀਨ ਨੇ ਪੁੱਛਿਆ, ਇਲਮਦੀਨਾ ਤੂੰ ਕਿੱਥੋਂ ਪੜ੍ਹਿਆ ਹੈ? ਕਹਿਣ ਲੱਗਾ, ਸਿਆਲ ਦਿਆ ਲਾੜਿਆ, ਤੂੰ ਫੱਟੀ ਕੋਲੋਂ ਬਹਿ ਕੇ ਉਸਤਾਦ ਕੋਲੋਂ ਪੜ੍ਹਿਆ ਹੋਵੇਗਾ। ਮੈਂ ਇਲਮਦੀਨ ਆਵਾ ਜਿੰਨੇ ਮੁਹੰਮਦ ਦੇ ਨੈਣਾ ਚੋਂ ਪੜ੍ਹਿਆ। ਨੈਣਾ ਨਾਲ ਮਿਲਾ ਕੇ ਨੈਣ, ਨੈਣਾ ਨਾਲ ਮਿਲਾ ਕੇ ਨੈਣ, ਜੀ ਜੀ, ਸਾਰਾ ਕੁਝ ਪੜਾ ਗਏ। ਨੈਣਾ ਨਾਲ ਮਿਲਾ ਕੇ ਨੈਣ, ਸਾਰਾ ਕੁਝ ਨੈਣਾ ਨਾਲ ਮਿਲਾ ਕੇ ਨੈਣ, ਸਾਰਾ ਕੁਝ ਨੈਣਾ ਨਾਲ ਮਿਲਾ ਕੇ ਨੈਣ, ਸਾਰਾ ਕੁਝ ਪੜਾ ਗਏ। ਇਸ਼ਕ ਦੀਆਂ ਬੰਦੀਆਂ ਕਿਤਾਬ ਨਹੀਂ ਫਰੋਲੀਆਂ, ਇਸ਼ਕ ਦੀਆਂ ਜੇਲ ਵਿੱਚ ਆ, ਜੇਲ ਵਿੱਚ ਬਿਮਾਰੀ ਪੈ ਗਈ, ਬੰਦੇ ਮਰਨ ਲੱਗ ਪਏ। ਜਿਹੜਾ ਮੇਰਾ ਗਵਾਂਢੀ ਸੀ ਨੇੜੇ ਆ ਕੇ ਮੇਰੇ ਕਮਰੇ ਦੇ ਕਹਿਣ ਲੱਗਾ, ਇਲਮਦੀਨਾ ਉਦੋਂ ਅੱਖ ਚੁੱਕੇਗਾ ਜਦੋਂ ਸਾਰੇ ਮਰ ਜਾਣਗੇ। ਇਲਮਦੀਨ ਨੇ ਕਿਹਾ, ਤੂੰ ਵੀ ਕੈਦੀ ਏ, ਮੈਂ ਵੀ ਕੈਦੀ ਆਂ, ਤੇਰੇ ਮੇਰੇ ਵਿੱਚ ਫਰਕ ਕੀ ਏ? ਦੂਜਾ ਬੋਲ ਕੇ ਕਹਿੰਦਾ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਤੂੰ ਵੀ ਕੈਦੀ ਏ, ਮੈਂ ਵੀ ਕੈਦੀ ਆਂ, ਪਰ ਮੈਨੂੰ ਇੱਕ ਗੱਲ ਦੱਸ ਦੇ, ਮੈਂ ਰਾਤੀ ਇਕੱਲਾ ਆਉਣਾ, ਤੇਰੇ ਨਾਲ ਕਮਰੇ 'ਚ ਗੱਲਾਂ ਕੌਣ ਕਰਦੇ? ਨੂੰ ਕੱਲਾ ਉਨਾ ਤੇਰੇ ਨਾਲ ਕਮਰੇ ਵਿੱਚ। ਗਾਜੀ ਕਹਿੰਦਾ, ਹੁਣ ਰਾਜ ਆਊਟ ਨਾ ਕਰੀ, ਇੱਥੇ ਹੀ ਚੁੱਪ ਕਰ ਜਾ, ਗੱਲ ਦੱਸ ਕੀ ਗੱਲ ਏ? ਬੰਦੇ ਮਰਦੇ ਨੇ। ਗਾਜੀ ਲੰਦੀਨ ਮੁਸਕਰਾ ਕੇ ਕਹਿਣ ਲੱਗਾ, ਓ ਜਿਹੜਾ ਬਰਾਮਦੇ ਥੱਲੇ ਮੇਰਾ ਪਾਣੀ ਵਾਲਾ ਘੜਾ ਪਿਆ ਹੋਇਆ, ਉਹਦੇ ਵਿੱਚੋਂ ਇੱਕ ਇੱਕ ਘੁੱਟ ਪਿਆਂਦਾ ਜਾ। ਅੱਲਾ ਦੀ ਸ਼ਾਨ, ਗਾਜੀ ਦੇ ਪੀਣ ਵਾਲੇ ਪਾਣੀ ਘੜੇ ਦੇ ਵਿੱਚੋਂ ਬਿਮਾਰ ਇੱਕ ਇੱਕ ਘੁੱਟ ਭਰਨ ਤੇ ਵੱਲ ਹੁੰਦੇ ਜਾਣ। ਇਹ ਤੇ 14ਵੀਂ ਸਦੀ ਦੇ ਆਸ਼ਕ ਦੇ ਘੜੇ ਦੀ ਸ਼ਾਨ ਏ, ਫਿਰ ਮੁਹੰਮਦ ਦਾ ਕੀ ਮਕਾਮ? ਗਾਜ਼ੀ ਲਮਦੀਨ ਕਹਿੰਦਾ, ਮੈਂ ਰਾਤਾਂ ਗੁਜ਼ਾਰਦਾ ਰਿਹਾ। ਕਿਆ ਬਾਤ ਹੈ, ਕਿਆ ਬਾਤ ਹੈ, ਤਵੱਜੋ ਹੈ ਜੀ ਜੀ, ਰਾਤਾਂ ਗੁਜ਼ਾਰਦਾ ਰਿਹਾ। ਸੁਭਾਨ ਅੱਲਾਹ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, 6 ਮਹੀਨੇ ਗੁਜ਼ਰ ਗਏ। ਅਕਤੂਬਰ ਆਈ, ਲੰਮੀ ਗੱਲ ਕੋਈ ਨਹੀਂ, ਗਾਦੀ ਕਹਿੰਦੇ 3 ਅਕਤੂਬਰ ਤੋਂ ਕਬਲ ਮੈਂ ਇੰਜ ਕਰਕੇ ਬੈਠਾ, ਕਿਧਰੇ ਊਂਘ ਆਈ ਹੋਵੇਗੀ। ਅੱਲਾਹ 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 ਅੱਲਾਹ।
ਮੇਰੇ ਦਰਵਾਜ਼ੇ ਨੂੰ ਦਸਤਕ ਹੋਈ, ਇੰਜ ਹੋਇਆ ਵੇਖਿਆ ਸੋਹਣੀ ਦੀ ਸ਼ਕਲ। ਮੈਂ ਪੁੱਛਿਆ ਕੌਣ ਹੋਣਾ, ਸਲਾਮ ਲਿਆ, ਮੈਂ ਜਵਾਬ ਦਿੱਤਾ। ਆਪ ਨੇ ਫਰਮਾਇਆ ਬਾਜੀ ਅਸਲਾਮ ਵਾਲੇਕਮ। ਮੈਂ ਜਵਾਬ ਦਿੱਤਾ ਏਡਾ ਸੋਹਣਾ ਕਮਰਾ ਜਗ ਮਗ ਕਰਨ ਲੱਗ ਪਿਆ, ਮੈਂ ਕਹਿੰਦਾ ਕੌਣ ਦੱਸੋ ਤੁਸੀਂ ਕੌਣ? ਆਪਨੇ ਫਰਮਾਇਆ ਇਲਮਦੀਨ, ਮੇਰਾ ਨਾਮ ਮੂਸਾ ਅਲੈ ਸਲਾਮ ਹੈ। ਮੈਂ ਜਿੰਨੀ ਵਾਰ ਵੀ ਮੁਹੰਮਦ ਦੀ ਬਾਤਨ ਦੀ ਕਚਹਿਰੀ ਵਿੱਚ ਆਇਆ ਵਾਂ, ਕਮਲੀ ਵਾਲਾ ਤੇਰਾ ਜ਼ਿਕਰ ਛੇੜ ਕੇ ਬੈਠੇ ਆਉਂਦੇ ਸਨ, ਮੈਨੂੰ ਖਿਆਲ ਆਇਆ ਮੁਹੰਮਦ ਦੇ ਆਸ਼ਕ ਨੂੰ ਮਿਲ ਤੇ ਸਹੀ, ਜਿਹਦਾ ਮੁਹੰਮਦ ਜ਼ਿਕਰ। ਉਸ ਮੁਹੰਮਦ ਦੇ ਆਸ਼ਕ ਨੂੰ ਮਿਲ ਤੇ ਸਹੀ ਜਿਹੜਾ ਮੁਸਤਫਾ ਦਾ ਆਸ਼ਕ ਹੈ। ਜੀ ਜੀ, ਮੈਂ ਤੈਨੂੰ ਮਿਲਣ ਆਇਆ। 26 ਅਕਤੂਬਰ 27-28 ਇੱਕ ਹਫ਼ਤਾ ਪਹਿਲੇ ਡਾਕੀਆ ਆਇਆ, ਡਾਕੀਆ ਆਇਆ, ਅਪੀਲ ਜਿਹੜੀ ਸੀ ਨਾ ਅੰਜਕਾ ਜੀ ਨੇ ਧਿਆਨ ਹੇਠਾਂ ਕੀਤਾ ਤੇ ਸਿਰ ਚੁੱਕ ਕੇ ਕਹਿਣ ਲੱਗਾ ਡਾਕ ਦੇਣਾ ਆ। ਆਹੋ ਰਿਟ ਮੁਸਤਰਦ ਹੋ ਗਈ ਹੈ, ਇਹ ਹੋ ਗਈ ਹੈ ਅਸ਼ਕ, ਤੂੰ ਮੈਨੂੰ ਕੀ ਦੱਸਣਾ, ਮੈਨੂੰ ਨੀ ਪਤਾ। ਡਾਕੀਏ ਨੇ ਬੂਹੇ 'ਚ ਖਲੋਦਿਆ ਇਲਮਦੀਨ ਨੇ ਕਿਹਾ, ਉਹ ਕਹਿਣ ਲੱਗਾ ਤੇਰੇ ਕੋਲ ਕਿਹੜੀ ਨਜ਼ਰ? ਅਦਾਲਤ ਸੈਸ਼ਨ ਜੱਜ ਦੀ ਅਦਾਲਤ ਪੁੱਛਿਆ ਗਿਆ ਇਲਮਦੀਨਾ ਤੂੰ ਮਾਰਿਆ? ਰਾਜਪਾਲ ਨੂੰ ਕਹਿਣ ਲੱਗੇ ਮੈਂ ਤੇ ਕਿਸੇ ਇਨਸਾਨ ਨੂੰ ਨੀ ਮਾਰਿਆ। ਮੁਹੰਮਦ ਦੇ ਆਸ਼ਕ ਦਾ ਜਵਾਬ ਸੁਣੋ, ਸੈਸ਼ਨ ਜੱਜ ਨੂੰ ਕਹਿੰਦਾ ਮੈਂ ਕਿਸੇ ਇਨਸਾਨ ਕੋ ਨਹੀਂ ਮਾਰਾ, ਮੈਂ ਮਾਰਿਆ ਹੀ ਨਹੀਂ। ਮੈਂ ਕਾਹਦਾ ਇਕਰਾਰ ਕਰਾਂ ਕਿ ਮੈਂ ਕਿਸੇ ਨੂੰ ਮਾਰਿਆ? ਮੈਂ ਇਨਸਾਨ ਤੇ ਕਿਸੇ ਨੂੰ ਮਾਰਿਆ ਹੀ ਨਹੀਂ। ਅਗਲੀ ਗੱਲ ਸੁਣੋ, ਤਵੱਜੋ ਹੋਵੇ, ਅੱਲਾਹੁ ਅਕਬਰ, ਕੁਰਬਾਨ ਜਾਵਾਂ, ਮੈਂ ਕਿਸੇ ਇਨਸਾਨ ਨੂੰ ਨਹੀਂ ਮਾਰਿਆ। ਅੱਛਾ ਚਲੋ ਜੀ, ਗੱਲ ਮੁੱਕੀ। ਗਾਜ਼ੀ ਇਲਮਦੀਨ ਕਹਿੰਦਾ ਜਿਹੜੇ ਵੇਲੇ ਤਰੀ ਦੀ ਰਾਤ ਆਈ, ਸਾਰੇ ਕਹੋ ਸੁਭਾਨ ਅੱਲਾਹ, ਤਰੀ ਦੀ ਰਾਤ ਆਈ, ਉਹ ਮੈਨੂੰ ਰਾਤ ਲੈ ਲੈਤੁਲ ਕਦਰ ਦੀ ਰਾਤ ਨਾਲੋ ਵੱਧ ਕੇ ਨਜ਼ਰ ਆਈ, ਚਾ ਚੜਿਆ ਹੋਇਆ ਏ। ਗਾਜ਼ੀ ਇਲਮਦੀਨ ਦਾ ਸ਼ਹੀਦ ਹੋਣ ਤੋਂ ਪਹਿਲਾਂ 124 ਪਾਉਂਡ ਵਜ਼ਨ ਏ, ਜਦੋਂ ਤੋਲਿਆ ਗਿਆ ਜਿਸ ਦਿਨ ਤਖਤਾਦਾਰ ਵੱਲ ਚੱਲਿਆ, ਜਵਾਨ ਦਾ 140 ਪਾਉਂਡ ਵਜ਼ਨ ਏ। ਕਿਸੇ ਨੇ ਆਖਿਆ ਲੋਕ ਘਟਦੇ ਨੇ ਤੂੰ ਵਧਣਾ ਪਿਆ, ਉਹਨੇ ਆਖਿਆ ਘਟਦਾ ਹੋਵੇ ਜਿਹਦਾ ਹੋਵੇ। ਜਿਦਾ ਹੋਵੇ ਕੋਈ ਨਾ। ਗਾਜ਼ੀ ਇਲਮਦੀਨ ਕਹਿੰਦਾ ਜਿਹੜੇ ਵੇਲੇ ਤਰੀ ਦਾ ਦਿਨ ਆਇਆ ਤੇ ਰਾਤ ਆਈ 31 ਦੀ, ਰਾਤ ਦੇ 2 ਵਜੇ ਤੇ ਵੇਖਣਾ ਕੀ ਆ, ਇੱਕ ਸੋਹਣੀ ਜੀ ਸ਼ਕਲ ਨਮੂਦਾਰ ਹੋਈ। ਉਹ ਜਨਾਬ 14ਵੀਂ ਰਾਤ ਦੇ ਚੰਨ ਵਾਂਗੂ ਚਿਹਰਾ ਚਮਕਦਾ ਪਿਆ, ਉਹਨਾਂ ਆ ਕੇ ਮੇਰੇ ਅੰਦਰ 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 ਤਾਲੇ ਵੱਜੇ ਹੋਏ ਨੇ, ਉੱਤੋਂ ਦੀ ਆ ਗਏ, ਉਹਨਾਂ ਆ ਕੇ ਜਨਾਬ ਕਿਹਾ ਇਲਮਦੀਨਾ ਉੱਠ ਚੱਲੀਏ। ਮੈਂ ਪੁੱਛਿਆ ਹਜ਼ੂਰ ਪਹਿਲਾਂ ਮੈਨੂੰ ਦੱਸੋ, ਏਡੀ ਸੋਹਣੀ ਸ਼ਕਲ ਵਾਲਿਆ, ਗਰੀਬਾਂ ਦੀ ਉਜੜੀ ਚੋਕ ਵਸਾਉਣ ਵਾਲਿਆ, ਜ਼ਰਾ
ਆਪਣਾ ਤਾਰਫ ਤੇ ਤਰਾ ਤੁਸੀਂ ਕੌਣ ਹੋ? ਆਪ ਨੇ ਫਰਮਾਇਆ ਇਲਮ ਦੀਨਾ ਮੈਨੂੰ ਮੌਲਾ ਅਲੀ ਦਰਮਿਆਨ ਸੁਬਾ ਤਖਤਾ ਦਾਰ ਤੇ ਲਟਕਣਾ ਏ, ਜਿਸ ਸੀਨੇ ਤੇ ਹੁਸੈਨ ਖੇਡਦਾ ਰਿਹਾ ਏ, ਜਾ ਅਲੀ ਗਾਜ਼ੀ ਨੂੰ ਲੈ ਆ ਮੈਨੂੰ। ਚੱਲੀਏ ਗਾਜ਼ੀ ਕਹਿੰਦਾ ਮੈਂ ਸੋਚੀ ਪੈ ਗਿਆ। ਆਪਨੇ ਫਰਮਾਇਆ ਉੱਠ ਚੱਲੀਏ। ਅਲੀ ਨੇ ਫਰਮਾਇਆ ਅੱਖ ਬੰਦ ਕਰ। ਮੈਂ ਅੱਖ ਬੰਦ ਕੀਤੀ, ਦਰਬਾਰੇ ਰਸੂਲ ਖੋਲ, ਮੈਂ ਖੋਲੀ, ਸਾਹਮਣੇ ਮੇਰਾ ਰਸੂਲ, ਮੇਰੀ ਸਰਕਾਰ ਨੇ ਇੰਜ ਬਾਹਾਂ ਖੋਲ ਦਿੱਤੀਆਂ। ਫਰਮਾਇਆ ਆ ਜਾ ਗਾਜ਼ੀ ਮੇਰੇ ਇਸ਼ਕ ਵਿੱਚ ਮਰਨ ਵਾਲੇ, ਆ ਜਾ ਮੇਰੇ ਸੀਨੇ ਨਾਲ ਲੰਘ ਜਾ, ਸੀਨੇ ਨਾਲ ਲੱਗ ਜਾ, ਮੇਰੀ ਮੁਹੱਬਤ ਵਿੱਚ ਜਾਨ ਦੇਣ ਵਾਲੇ ਆ, ਮੇਰੇ ਸੀਨੇ ਨਾਲ ਲੱਗ ਜਾ। ਗਾਜ਼ੀ ਜਦੋਂ ਸੀਨੇ ਨਾਲ ਲੱਗਾ, ਮੇਰੀ ਸਰਕਾਰ ਮੁਸਕਰਾ ਕੇ ਫਰਮਾਇਆ, ਗਾਜ਼ੀ ਜੀ ਆਕਾ, ਫਰਮਾਇਆ ਇੱਥੇ ਰਹਿਣਾ ਹੀ ਪਿਛਾਂ ਜਾਣਾ ਹੀ। ਅਰਜ਼ ਕੀਤੀ ਆਕਾ ਜੇ ਪਿਛਾਂ ਰਹਿਣਾ ਹੁੰਦਾ, ਕੈਦੇ ਆਜ਼ਮ ਨੇ ਆਖਿਆ ਨਾ ਰਿਹਾ, ਅਲਾਮਾ ਇਕਬਾਲ ਨੇ ਆਖਿਆ ਨਾ ਰਿਹਾ, ਕਮਲੀ ਵਾਲਿਆ ਮੇਰਾ ਸੌਦਾ ਤੇਰੇ ਨਾਲ ਏ, ਲੋਕਾਂ ਨਾਲ ਸੌਦਾ ਨਹੀਂ ਸੀ। ਹਜ਼ੂਰ ਫਰਮਾਇਆ ਜਾ ਗਾਜ਼ੀ ਇੱਥੇ ਵੀ ਸੁਰਖ ਰੂਹ ਏ ਕਬਰ ਵਿੱਚ ਵੀ। ਆਖਰੀ ਵਾਰੀ ਤਖਤਾ ਦਾਰ ਤੇ ਲਟਕਣ ਤੋਂ ਪਹਿਲਾਂ ਮਾਂ ਇਲਮ ਦੀਨ ਨੂੰ ਮਿਲਦੀ ਏ ਬਈ, ਮੁਸਲਮਾਨੋ ਸੀਨੇ ਤੇ ਹੱਥ ਰੱਖਿਆ ਏ, ਮਾਵਾਂ ਮਾਵਾਂ ਹੀ ਹੁੰਦੀਆਂ ਨੇ। ਜਿਹੜੇ ਵੇਲੇ ਗਾਜ਼ੀ ਇਲਮ ਦੀਨ ਦੀ ਮਾਂ ਨੇ ਆਖਰੀ ਵਾਰੀ ਪੁੱਤਰ ਨੂੰ ਸੀਨੇ ਲਾਉਣ ਲੱਗੀ, ਚੀਖਾਂ ਨਿਕਲ ਗਈਆਂ। ਗਾਜ਼ੀ ਇਲਮ ਦੀਨ ਕਹਿੰਦਾ ਅੰਮਾ ਨਾ ਰੋ, ਅੰਮਾ ਨਾ ਰੋ, ਅੱਜ ਹੂਰਾਂ ਵੀ ਤੈਨੂੰ ਮੁਬਾਰਕ ਦੇ ਰਹੀਆਂ ਨੇ, ਅੰਮਾ ਨਾਰੋ, ਅੱਜ ਫਰਿਸ਼ਤੇ ਵੀ ਤੇਰੇ ਵੱਲੋਂ ਵੇਖ ਰਹੇ ਨੇ। ਅੰਮਾ ਮੈਂ ਨਬੀ ਕੋਲੋਂ ਹੋਇਆ ਵਾਂ, ਨਾਰੋ ਮੈਂ ਨਬੀ ਕੋਲੋਂ ਹੋਇਆ ਵਾਂ, ਅੰਮਾ ਰੌਲਾ ਨਾ ਪਾਵੀ ਤੇਰੇ ਅਥਰੂਆਂ ਦਾ ਮੁੱਲ ਪੈ ਜਾਏਗਾ। ਜਦੋਂ ਹਸ਼ਰ ਵਿੱਚ ਜ਼ਾਰਾ ਹੁਸੈਨ ਦੇ ਖੂਨ ਪੜੇ ਕੱਪੜੇ ਲੈ ਕੇ ਜਾਏਗੀ, ਮਸੂਮ ਅਲੀ ਅਸਗਰ 6 ਮਹੀਨੇ ਦਾ ਲੈ ਕੇ ਜਾਏਗੀ, ਜ਼ੈਨਬ ਦੇ ਪੁੱਤਰ ਤੇ ਮੁਹੰਮਦ ਨੂੰ ਲੈ ਕੇ ਜਾਏਗੀ, ਅਬਾਸ ਦੇ ਕੱਟੇ ਹੋਏ ਬਾਜੂ ਲੈ ਕੇ ਜਾਏਗੀ। ਜਦੋਂ ਅਕਬਰ ਦੀ ਜਵਾਨੀ ਦਾ ਮੁਤਾਲਬਾ ਕਰੇਗੀ, ਤੁਮੀ ਅਗਾਹ ਹੋ ਕੇ ਜ਼ਹਿਰਾ ਦੇ ਪੈਰ ਫੜ ਲਵੀ, ਜ਼ਹਿਰਾ ਨੂੰ ਆਖੀ ਇੱਕ ਮੇਰਾ ਵੀ ਨਾਲ ਰੱਖ ਲੈ। ਅੰਮਾ ਨਾਰੋ, ਕਿਆਮਤ ਨੂੰ ਤੇਰੇ ਅਥਰੂਆਂ ਦਾ ਮੁੱਲ ਪੈ ਜਾਵੇ।
ਕਿਨਾਰੋ ਤੇਰੇ ਅੱਥਰੂਆਂ ਦਾ ਮੁੱਲ ਪੈ ਜਾਏਗਾ। ਗਾਜ਼ੀ ਲਮਦੀਨ ਕਹਿੰਦੇ ਦਰੋਗਾ ਜੇਲ ਰਾਤ ਦੇ 2 ਵਜੇ ਵੇਂਦਾ ਲਮਦੀਨ ਕੋਈ ਨਹੀਂ। ਰੋ ਕੇ ਕਹਿੰਦਾ ਮੈਂ ਮਰ ਗਿਆ, ਮੇਰੇ ਨਿੱਕੇ ਨਿੱਕੇ ਬੱਚੇ। 2 ਵਜੇ ਇਲਮਦੀਨ ਜੇਲ ਦੇ ਕਮਰੇ ਚ ਕੋਈ ਨਹੀਂ। ਰਾਤ ਦੇ 4 ਵਜੇ ਗਾਜ਼ੀ ਅੰਜ ਕਮਰੇ ਚ ਬੈਠਾ ਹੋਇਆ। ਨਵਾਬ ਦੀਨ ਨੇ ਤਾਲਾ ਖੋਲਿਆ, ਤਾਲਾ ਖੋਲਦਿਆ ਸਾਰ ਇਲਮਦੀਨ ਦੇ ਪੈਰੀ ਪੈ ਗਿਆ। ਕਹਿਣ ਲੱਗਾ ਉਹ ਕਾਕਾ ਨੌਜਵਾਨਾ, ਮੈਂ ਰੋਜ਼ ਗੱਲਾਂ ਤੇਰੀਆਂ ਭੀਨੀਆਂ ਭੀਨੀਆਂ ਅੰਦਰੋਂ ਸੁਣਦਾ ਸਾਂ, ਮੈਂ ਤੇਰਾ ਰਾਜ਼ ਆਊਟ ਨਹੀਂ ਕੀਤਾ, ਅੱਜ ਸੱਚੀ ਦੱਸ ਕਿੱਥੇ ਗਿਆ ਹੋਇਆ ਸੀ, ਤੈਨੂੰ ਕੌਣ ਲੈ ਗਿਆ ਚਾਬੀ ਮੇਰੇ ਕੋਲ। ਇੰਜ ਕਰਕੇ ਮੁਸਕਰਾ ਕੇ ਅਲਾਮਾ ਇਕਬਾਲ ਦੀ ਬੋਲੀ ਵਿੱਚ ਇਲਮਦੀਨ ਕਹਿੰਦਾ, ਖੁਦਾ ਕੇ ਆਜ਼ਾਦ ਬੰਦੋ ਕੀ ਨਾ ਯੇ ਦੁਨੀਆ ਨਾ ਵੋ ਦੁਨੀਆ, ਆਜ਼ਾਦ ਬੰਦੋ ਕੀ ਨਾ ਯੇ ਦੁਨੀਆ ਨਾ ਵੋ ਦੁਨੀਆ, ਜਹਾਂ ਜੀਨੇ ਪੇ ਪਾਬੰਦੀ ਵਹਾਂ ਮਰਨੇ ਪੇ ਪਾਬੰਦੀ। ਗਾਜ਼ੀ ਇਲਮਦੀਨ ਸ਼ਹੀਦ, ਕਹਿਣ ਲੱਗਾ ਨਾ ਪੁੱਛ ਬਾਬਾ, ਮੇਰੇ ਜਾਮੇ ਸ਼ਹਾਦਤ ਨੋਸ਼ ਕਰਨ ਤੋਂ ਬਾਅਦ ਵਾਦਾ ਕਰ, ਫਿਰ ਗੱਲ ਕਲੀ ਜਿਉਂਦਿਆਂ ਨਾ ਕਰੀ। ਬਾਬਾ ਮੇਰੇ ਨਾਲ ਵਾਦਾ ਕਰ। ਫਿਰ ਉਹਨੂੰ ਸਾਰੀ ਗੱਲ ਸੁਣਾਈ, ਮੈਂ ਅਲੀ ਆਇਆ ਨਬੀ ਕੋਲ ਹੋ ਕੇ ਆਇਆ ਵਾ, ਵੱਡੇ ਵੇਲੇ ਦਿਨ ਚੜਿਆ, ਜਿਹੜੇ ਵੇਲੇ ਕਮਰਾ ਜੇਲ ਵਿੱਚੋਂ ਇਲਮਦੀਨ ਨੂੰ ਕੱਢਿਆ, ਇਲਮਦੀਨ ਹੱਸਦਾ ਆਇਆ, ਹੱਸਦਾ ਆਇਆ, ਹੱਸਦਾ ਆਇਆ। ਜੱਲਾਦ ਕਹਿਣ ਲੱਗਾ, ਤੇਰੀ ਅੱਖਾਂ ਤੇ ਪੱਟੀ ਬੰਨਣੀ ਏ, ਕੱਪੜੇ ਪਾ ਲੈ, ਆਂਦਾ ਜਿਹੜੇ ਮਰਜ਼ੀ ਪਵਾ ਲੈ, ਅਸੀਂ ਕੋਈ ਅੱਜ ਦਾ ਕਫਨ ਵੱਧਾ ਅਸਾਂ ਕੋਈ ਅੱਜ ਦਾ ਕਫਨ ਬੱਦਾ ਹੋਇਆ ਏ, ਜਿਹੋ ਜੇ ਮਰਜ਼ੀ ਕੱਪੜੇ ਪਵਾ ਲੈ, ਮੈਨੂੰ ਕੋਈ ਡਰ ਨਹੀਂ। ਅੱਖਾਂ ਤੇ ਪੱਟੀ ਬੰਨਣ ਲੱਗਾ, ਕਹਿਣ ਲੱਗਾ ਨਾ ਬੰਨ, ਮੈਂ ਅੱਜ ਇੱਕ ਰਸਮ ਅਦਾ ਕਰਨੀ ਆ, ਅੱਖਾਂ ਮੇਰੀਆਂ ਖੁੱਲੀਆਂ, ਮੈਂ ਅੱਜ ਇੱਕ ਰਸਮ ਅਦਾ ਕਰਨੀ ਏ ਸੁਬਰੇਡਨ ਜੇਲ ਕੋਲ। ਤਵੱਜੋ ਸਾਰੇ ਕਹੋ ਸੁਭਾਨ ਅੱਲਾ, ਸੁਭਾਨ ਅੱਲਾ, ਮੇਰੀਆਂ ਅੱਖਾਂ ਤੇ ਪੱਟੀ ਨਾ ਬਨ, ਮੈਂ ਅੱਜ ਰਸਮ ਅਦਾ ਕਰਨੀ ਏ। ਉਹਨੇ ਆਖਿਆ ਕਿਹੜੀ ਅਦਾ ਕਰਨੀ ਆ, ਅੱਖਾਂ ਤੇ ਪੱਟੀ ਨਾ ਬਨ, ਅੱਜ ਮੈਂ ਯਾਰ ਦੇ ਆਉਣ ਨੂੰ ਵੇਖਣਾ ਚਾਹਨਾ ਵਾ, ਅੱਗੇ ਯਾਰ ਨੇ ਬੁਲਾਇਆ ਸੀ, ਅੱਜ ਮੈਂ ਵੇਖਣਾ ਚਾਹਨਾ ਵਾ, ਮੇਰੀਆਂ ਅੱਖਾਂ ਨਾ ਬੰਦ ਕਰ। ਸੁਣੋ ਆਸ਼ਕੋ, ਇਮਾਨ ਮਚਲ ਜਾਏਗਾ, ਇਸ਼ਕ ਜਿਹੜਾ ਉਰੂਜ ਵਿੱਚ ਆ ਜਾਏਗਾ, ਇਮਾਨ ਵਿੱਚ ਚਾਸ਼ਨੀ ਪੈਦਾ ਹੋਵੇਗੀ। ਅਵ ਜੀ ਇਲਮਦੀਨ ਕਹਿੰਦਾ, ਮੇਰੇ ਗਲ ਵਿੱਚ ਰੱਸਾ ਨਾ ਪਾ, ਅੱਲਾਹ 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 ਅੱਲਾਹ।
ਜਲਾਦਾ ਅੱਲਾ ਅੱਲਾ ਮੇਰੇ ਗਲ ਵਿੱਚ ਰੱਸਾ ਨਾ ਪਾ ਮੈਂ ਆਪੇ ਹੀ ਪਾਣਾ ਹਾਏ ਹਾਏ ਸੁਣੋ ਸੁਣੋ ਜੀ 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 ਭੂਲੇ ਨਾ ਮਰਤੇ ਮਰਤੇ ਆਦਾ ਬਿਕੂਏ ਜਾਣਾ ਭੂਲੇ ਨਾ ਮਰਤੇ ਮਰਤੇ ਆਦਾ ਬਿਕੂਏ ਜਾਣਾ ਭੂਲੇ ਨਾ ਮਰਤੇ ਮਰਤੇ ਆਦਾ ਬਿਕੂਏ ਪਹਿਲੋ ਤਰ੍ਹਾਂ ਭੂਲੇ ਨਾ ਮਰਤੇ ਮਰਤੇ ਆਦਾ ਬਿਕੂਏ ਜਾਣਾ ਮੇਰੇ ਮਿਜ਼ਾਜ ਨਾਲ ਨਹੀਂ ਮਿਲਦੇ ਫੂਲੇ ਨਾ ਮਰਦੇ ਮਰਦੇ ਆਦਾ ਬੇਖੂਏ ਜਾਣਾ ਗਾਜ਼ੀ ਇਲਮਦੀਨ ਨੇ ਕੀ ਕੀਤਾ ਮੇਰੇ ਦੋਸਤੋ ਜਿਹੜੇ ਵੇਲੇ ਜਲਾਦ ਗੱਲ ਵਿੱਚ ਫਾ ਪਾਣ ਲੱਗਾ ਗੱਲ ਵਿੱਚ ਫੰਦਾ ਪਾਣ ਲੱਗਾ ਇਲਮਦੀਨ ਕਹਿੰਦਾ ਨਾਰਾਜ਼ ਨਾ ਹੋਵੀ ਤੂੰ ਇੰਜੇ ਹੀ ਪਾਣੇ ਮੈਂ ਇੱਕ ਰਸਮ ਪੂਰੀ ਕਰਨੀ ਏ ਭੂਲੇ ਨਾ ਮਰਤੇ ਮਰਤੇ ਭੂਲੇ ਨਾ ਮਰਤੇ ਮਰਤੇ ਆਦਾ ਬਿਕੂਏ ਜਾਣਾ ਤੋੜ ਤੱਕ ਪਹੁੰਚਣਾ ਭੂਲੇ ਨਾ ਮਰਦੇ ਆਦਾ ਬੇਖੂਏ ਜਾਣਾ ਉਹ ਕਿਹੜਾ ਆਦਾਬ ਸੀ ਜਿਹੜੇ ਵੇਲੇ ਗਾਜ਼ੀ ਨੇ ਰੱਸਾ ਇਹ ਫਾ ਦਾ ਰੱਸਾ ਆਪਣੇ ਗਲ ਵਿੱਚ ਪਾਉਣ ਤੋਂ ਪਹਿਲਾਂ ਉਸ ਰੱਸੇ ਨੂੰ ਚੁੰਮਿਆ ਰੱਸੇ ਨੂੰ ਚੁੰਮਿਆ ਅੱਖਾਂ ਨਾਲ ਲਾਇਆ ਲਾ ਕੇ ਕਹਿੰਦਾ ਸੁਪਰੀਡਨ ਜੇਲ ਕਹਿੰਦਾ ਇਲਮਦੀਨਾ ਇਹ ਤੇ ਖੁਦਕੁਸ਼ੀ ਏ ਕਹਿਣ ਲੱਗਾ ਤੇਰਾ ਮਜ਼ਹਬ ਇਲਮ ਏ ਮੇਰਾ ਮਜ਼ਹਬ ਇਸ਼ਕੇ ਭੂਲੇ ਨਾ ਮਰਦੇ ਮਰਦੇ ਆਦਾ ਬੇਖੂਏ ਜਾਣਾ ਭੂਲੇ ਨਾ ਮਰਦੇ ਮਰਦੇ ਜਨਾਬ ਰਸੇ ਨੂੰ ਇਸ ਵਾਸਤੇ ਚੁੰਮਿਆ ਕਹਿਣ ਲੱਗੇ ਸੁਪਰੀਡੈਂਟ ਜੇਲਾ ਪਰਾਂ ਹੋ ਜਾ ਤੂੰ ਮੈਨੂੰ ਮਨਾ ਨਾ ਕਰ ਤੇਰਾ ਮਜ਼ਹਬ ਇਲਮ ਏ ਮੇਰਾ ਮਜ਼ਹਬ ਇਸ਼ਕੇ ਰਸੇ ਨੂੰ ਮੈਂ ਇਸ ਵਾਸਤੇ ਚੁੰਮਣਾ ਵਾਂ ਪਿਆ ਕਿ ਤੂੰ ਯਾਰ ਦੀ ਦੀਦ ਦਾ ਬਹਾਨਾ ਭੂਲੇ ਨਾ ਮਰਤੇ ਮਰਤੇ ਆਦਾ ਬੇਖੂਏ ਜਾਣਾ ਭੂਲੇ ਨਾ ਮਰਤੇ ਮਰਤੇ ਆਦਾ ਬੇਖੂਏ ਜਾਣਾ ਭੂਲੇ ਨਾ ਮਰਤੇ ਮਰਦੇ ਆਦਾ ਬੇਖੂਏ ਜਾਣਾ ਭੂਲੇ ਨਾ ਮਰਤੇ ਮਰਦੇ ਆਦਾ ਬੇਖੂਏ ਜਾਣਾ ਜਬ ਸਰ ਨੇ ਸਾਥ ਛੋੜਾ ਭੂਲੇ ਨਾ ਮਰਤੇ ਮਰਦੇ ਮਲਕ ਸੁਣ ਭੂਲੇ ਨਾ ਮਰਦੇ ਮਰਦੇ ਆਦਾ ਬੇਖੂਏ ਜਾਣਾ ਜਬ ਸਰ ਨੇ ਸਾਥ ਛੋੜਾ ਜਬ ਸਰ ਨੇ ਸਾਥ ਛੋੜ ਸਜਦੇ ਕੀਏ ਨਜ਼ਰ ਸੇ
جب سر نے ساتھ چھوڑا سجدے کیے نظر سے اے بھولے نہ مرتے مرتے آداب کوئے جانا جب سر نے ساتھ چھوڑا جب سر نے ساتھ چھوڑا سجدے کیے نظر سے کوئے جانا تھکے تے نہیں نہیں دی نہیں ماشاءاللہ بھولے نہ مرتے مرتے آداب کوئے جانا جب سر نے ساتھ چھوڑا سجدے کیے نظر سے جب سر نے ساتھ چھوڑا سجدے حضرات محترم ذرا غور کرنا غازی علم دین شہید دی لاش لاہور آ گئی 15 دن اوتھے رہی اس علاقے دے میاں والی دا لمبڑدار اونے اپنا کمبل دتا اوتے جدو 15 دن دے بعد فقیر دی عاشق دی لاش کڈی گئی خوشبوواں دے ہلے انہیں وی نپ چھڑی تے او ممبر جڑا سی لمبڑدار میاں والی دے علاقے دا کمبل دے کے اوتے کہندا رسول دی آیا عاشقاں میرے پردیسی کول اے ہوئی تحفہ قبول کر لے جدو سرکار کول پہنچے گا میرا بھی سلام پیش کر چھڑی آ مک دی گل مکانا جناب جڑے ویلا لاہور دی سرزمین تے اس عاشق رسول دی لاش آ گئی ہن کرا پین لگ پیا جنازہ کنے پڑھانا ہے جناب قاری شمس الدین صاحب نے جناب وزیر مسجد دے امام سنو نا جنازہ پڑھایا دوجا جنازہ سید شیخ المحدثین حضرت سید دیدار علی شاہ صاحب نے جنازہ پڑھایا جڑے ویلے جنازہ پڑھن تو بعد میت اٹھی صدقے جاواں محدث علی پوری حافظ الحدیث حافظ پیر سید جماعت علی شاہ صاحب الامیر ملت آپ دا کلا ڈگ پیا اگا ہو کے فقیر دا متھا چم کے کہندے نے بازی اساں لینی سی مالی ترخان دا پتر لے مالی ترخانہ دا پت اگلی گل سنو آپ فرما دے رہے لوگ اپنے کھے وچ نہ رہنا میں سید ابالا وقت دا محدثا زمانے دا میں پیرا میں بیت اللہ وی نماز پڑھیے نانے دی مسجد نبوی وچ وی نماز پڑھیے نانے دے روزے دا وی طواف کیتا ہے پر اوتھے نظارہ تے بڑا وکھرا ہی ہے پر اج جڑا علم دین دا جنازہ پڑھ کے ویکھیا اے وی نظارہ وکھرا ہی ہے اج وی اس مرد درویش دی قبر فروز پر روڈ میانی قبرستان لاہور دعا کرنا کہ اللہ کریم غازی وقت دی قبر تے رحمتاں دا نزول فرمائے اللہ میری اور تواڈی حاضری نو قبول فرمائے وما علیہ الا البلاغ المبین لگیاں موجا ہن لائی رکھی سونیاں
ਲੱਗੀਆਂ ਨੇ ਮੌਜਾਂ ਲਈ ਰੱਖੀ ਸੋਹਣਿਆਂ ਚੰਗਿਆਂ ਜਾਂ ਮੰਦਿਆਂ ਨਿਭਾਈ ਰੱਖੀ ਸੋਹਣਿਆਂ ਲੱਗੀਆਂ ਨੂੰ ਮੌਜਾਂ ਹੁਣ ਲਈ ਰੱਖੀ ਸੋਹਣਿਆਂ ਚੰਗਿਆਂ ਜਾਂ ਮੰਦਿਆਂ ਨਿਭਾਈ ਰੱਖੀ ਸੋਹਣਿਆਂ।